देशवा पर मोहे हैं, शुभ कर्मन्ते कभो न डरूं, न डरूं और सोच अब चाय लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਹਰਮਨ ਪਿਆਰਾ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਤੁਸੀਂ ਇਸ ਪ੍ਰੋਗਰਾਮ ਦੇ 208 ਭਾਗ ਵੇਖ ਚੁੱਕੇ ਅਤੇ 209 ਨੰਬਰ ਲੈ ਕੇ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਹੜੀਆਂ ਇਸ ਲੜੀਵਾਰ ਪ੍ਰੋਗਰਾਮ ਨਾਲ ਜੁੜੀਆਂ ਹੋਈਆਂ ਨੇ, ਇਸ ਪ੍ਰੋਗਰਾਮ ਨੂੰ ਦੇਖਦੀਆਂ ਆਨੰਦ ਮਾਣਦੀਆਂ ਅਤੇ ਇਸ ਪ੍ਰੋਗਰਾਮ ਤੋਂ ਬਹੁਤ ਕੁਛ ਸਿੱਖ ਵੀ ਰਹੀਆਂ ਅਤੇ ਸੇਧ ਵੀ ਲੈ ਰਹੀਆਂ। ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਵਾਸਤੇ ਇੰਨੀ ਮਿਹਨਤ ਕਰਦੇ ਨੇ, ਕਿਉਂਕਿ ਪ੍ਰੋਗਰਾਮਾਂ ਦੇ ਜਿੰਨੇ ਵੀ ਸਵਾਲ ਹੁੰਦੇ ਉਹਨਾਂ ਦੇ ਜਵਾਬ ਜਿਹੜੇ ਗੁਰ ਇਤਿਹਾਸ, ਗੁਰਬਾਣੀ ਅਤੇ ਗੁਰ ਫਲਸਫੇ ਦੇ ਆਧਾਰ 'ਤੇ ਦਿੰਦੇ ਹਨ। ਬਹੁਤ ਬਹੁਤ ਧੰਨਵਾਦ ਸੰਗਤ ਟੈਲੀਵਿਜ਼ਨ ਦੀਆਂ ਸੰਗਤਾਂ ਵੱਲੋਂ ਮੈਂ ਵੀਰ ਜੀ ਦਾ ਕਰਦੀ ਹਾਂ, ਨਾਲ ਹੀ ਫਤਿਹ ਬੁਲਾਉਂਦੀ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਪਿਛਲੇ ਐਪੀਸੋਡ ਵਿੱਚ ਤੁਸੀਂ ਦੱਸਿਆ ਕਿ ਜਦੋਂ ਬਾਲ ਗੋਬਿੰਦ ਰਾਏ ਪਟਨਾ ਸਾਹਿਬ ਤੋਂ ਆਨੰਦ ਚੱਕ ਨਾਨਕੀ ਆਏ ਅਤੇ ਉਦੋਂ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਆਪਸ ਵਿੱਚ ਉਹਨਾਂ ਦਾ ਮਿਲਾਪ ਹੋਇਆ ਅਤੇ ਇਸ ਸ਼ਹਿਰ ਦਾ ਨਾਂ ਹੀ ਉਹਨਾਂ ਨੇ ਆਨੰਦਪੁਰ ਰੱਖ ਦਿੱਤਾ। ਹੋਰ ਕੋਈ ਆਨੰਦਪੁਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਇਆ ਹੋਵੇ ਜਿਹੜਾ ਤੁਸੀਂ ਗੁਰੂ ਸਾਹਿਬ ਜੀ ਦੇ ਬਾਰੇ ਜਿਹੜਾ ਸੰਗਤਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਨਾਲ ਹੀ ਨਾਲ ਮੇਰਾ ਸਵਾਲ ਹੈ ਕਿ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਾ ਪ੍ਰਕਾਸ਼ ਵੀ ਪਟਨਾ ਸਾਹਿਬ ਵਿੱਚ ਹੋਇਆ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਵੀ ਪਟਨਾ ਸਾਹਿਬ ਗਏ ਸੀ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਵੀ ਗਏ ਸੀ। ਗੁਰੂ ਸਾਹਿਬਾਂ ਦੀਆਂ ਯਾਦਾਂ ਨੂੰ ਸਾਂਭਣ ਵਾਸਤੇ ਜਾਂ ਕਿਤਨੇ ਕੁ ਯਾਦਗਾਰੀ ਅਸਥਾਨ ਆ ਜਾਂ ਗੁਰਦੁਆਰੇ ਪਟਨਾ ਸਾਹਿਬ ਵਿੱਚ ਹਨ ਜਿਨ੍ਹਾਂ ਦਾ ਜ਼ਿਕਰ ਤੁਸੀਂ ਅਜੇ ਨਹੀਂ ਕੀਤਾ ਅਤੇ ਸੰਗਤਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ? ਸਵਾਲ ਕਾਫੀ ਲੰਬਾ, ਕਿਉਂਕਿ ਮੇਰੇ ਖਿਆਲ ਅੱਧੇ ਘੰਟੇ ਵਿੱਚ ਕਵਰ ਹੋਵੇਗਾ, ਪਰ ਕੋਸ਼ਿਸ਼ ਕਰਦੇ ਜਿੰਨਾ ਕੁ ਅਸੀਂ ਜੀ। ਕਈ ਸਵਾਲ ਇਕੱਠੇ ਹੋ ਗਏ ਮੈਨੂੰ ਲੱਗਦਾ ਜੀ, ਸਤਿਗੁਰ ਕਿਰਪਾ ਕਰੇ, ਮੈਂ ਕੋਸ਼ਿਸ਼ ਕਰੂੰ ਬਹੁਤ ਸੰਖੇਪ 'ਚ ਰਹਿਣ ਦੀ ਜੀ ਜੀ, ਪਰ ਆਪਾਂ ਜਿੱਦਾਂ ਤੁਸੀਂ ਕਿਹਾ ਉੱਦਾਂ ਲੜੀ ਵਾਰ ਗੱਲ ਕਰ ਲੈਂਦੇ ਹਾਂ, ਸ਼ੁਰੂ ਕਰਦੇ ਹਾਂ ਗੱਲ, ਦੇਖੋ ਕਿੰਨੀ ਗੱਲ ਹੋ ਸਕਦੀ ਉਨੀ ਕਰਦੇ ਹਾਂ। ਹਾਂਜੀ, ਬਾਲ ਗੋਬਿੰਦ ਰਾਏ ਦਾ ਜੀ 6 ਸਾਲ ਦੀ ਉਮਰ 'ਚ ਚੱਕ ਨਾਨਕੀ ਆਉਣਾ, ਹਾਂਜੀ, ਗੁਰੂ ਤੇਗ ਬਹਾਦਰ ਜੀ ਨੂੰ ਮਿਲਣਾ ਜੀ, ਮਿਲਣ ਲੱਗਿਆਂ ਗੁਰਬਾਣੀ ਦਾ ਸ਼ਬਦ ਆਨੰਦ ਸਾਹਿਬ ਜਿਹੜਾ ਬਾਣੀ ਗੁਰੂ ਅਮਰਦਾਸ ਦੀ ਲਿਖੀ ਹੋਈ, ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ, ਉਹ ਸ਼ਬਦ ਗਾਇਨ ਕਰਨਾ ਪਹਿਲੀ ਪੌੜੀ ਜੀ, ਔਰ ਸਤਿਗੁਰੂ ਜੀ ਨੇ ਸਿਰ 'ਤੇ ਹੱਥ ਫੇਰਨਾ ਜੀ, ਸਤਿਗੁਰੂ ਜੀ ਨੂੰ ਸਤਿਗੁਰੂ ਜੀ ਵਾਂਗੂ ਮਿਲਣਾ। ਹਾਂਜੀ, ਪਿਤਾ ਤਾਂ ਹੈ ਹੀ ਨਹੀਂ ਨਾ, ਪਿਤਾ ਪੁੱਤਰ ਤਾਂ ਹੈ ਹੀ ਆ ਜੀ, ਪਰ ਉਹਦੇ 'ਚੋਂ ਪਿਤਾ ਪੁੱਤਰ ਦੀ ਮੇਲ ਦੀ ਵੀ ਮਹਿਕ ਆਉਣੀ। ਹਾਂਜੀ ਹਾਂਜੀ, ਬੜੀ ਬੜੀ ਜਿਹੜੀ ਗੱਲ ਆ, ਇਹਨੂੰ ਬੜੇ ਧਿਆਨ ਨਾਲ ਵਾਚਣ ਦੀ ਲੋੜ, ਆਪਾਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ, ਔਰ ਉਸ ਮਿਲਣੀ ਦੇ ਵਿੱਚੋਂ ਹੀ ਚੱਕ ਨਾਨਕੀ ਦਾ ਨਾਂ ਆਨੰਦਪੁਰ ਰੱਖਿਆ ਗਿਆ, ਆਪਾਂ ਪਿਛਲੇ ਐਪੀਸੋਡ 'ਚ ਗੱਲ ਕਰ ਲਈ ਸੀ। ਵੈਸੇ ਵੀਰ ਜੀ, ਜਿਹੜੇ ਤੁਸੀਂ ਵਿਚਾਰ ਜਾਂ ਸੰਗਤਾਂ ਦੇ ਨਾਲ ਸਾਂਝੇ ਕਰ, ਇੱਦਾਂ ਦੀ ਤਸਵੀਰ ਸ਼ਾਇਦ ਬਹੁਤ ਘੱਟ ਸਾਰੀਆਂ ਸੰਗਤਾਂ ਨੇ ਸੁਣੀ ਹੋਗੀ ਜੋ ਵਿਚਾਰ ਤੁਸੀਂ ਦੱਸਦੇ, ਕਿਉਂਕਿ ਆਮ ਸਟੇਜਾਂ 'ਤੇ ਸਿਰਫ ਉਹਨਾਂ ਦਾ ਲੜਾਈ ਵਾਲਾ ਜੀਵਨ ਜਾਂ ਜੋ ਕੁਛ ਵੀ ਹੁੰਦਾ ਰਹੇ ਉਹੀ ਪੇਸ਼ ਕੀਤਾ ਗਿਆ, ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਦਿਆਲੂ ਪੈਗੰਬਰ ਜੀ ਮਿਲ ਨਹੀਂ ਸਕਦਾ ਕਦੇ ਜੀ ਜੀ। ਹਾਂਜੀ, ਜਿੰਨੀਆਂ ਜੰਗਾਂ ਯੁੱਧਾਂ ਨੇ ਉਹ ਵੀ ਉਹਨਾਂ ਦੀ ਦਿਆਲਤਾ ਦਾ ਨਿਸ਼ਾਨੀ ਆ ਕਿ ਆਮ ਲੋਕਾਂ ਦਾ ਦੁੱਖ ਨਹੀਂ ਦੇ ਸਕੇ, ਦਿਆਲੂ ਹੋ ਕੇ ਆਪਣਾ ਪਰਿਵਾਰ ਤੱਕ ਕਰਵਾ ਜੀ ਜੀ। ਹਾਂਜੀ, ਔਰ ਇਹ ਦਿਆਲਤਾ ਉਹਨਾਂ ਨੂੰ ਕਿੱਥੋਂ ਮਿਲੀ? ਗੁਰੂ ਤੇਗ ਬਹਾਦਰ ਤੋਂ, ਗੁਰੂ ਤੇਗ ਬਹਾਦਰ ਨੂੰ ਕਿੱਥੋਂ ਮਿਲੀ? ਗੁਰੂ ਨਾਨਕ ਸਾਹਿਬ ਤੋਂ ਚੱਲਦੀ ਆ ਤੁਸੀਂ, ਇਹ ਰੱਬੀ ਰੂਪ ਪਰਮਾਤਮਾ ਦੇ, ਪਰਮਾਤਮਾ ਦਿਆਲੂ ਹੈ ਅਤੇ ਪਰਮਾਤਮਾ ਦੇ ਸਾਰੇ ਗੁਣ ਗੁਰੂ ਗੋਬਿੰਦ ਸਿੰਘ ਦੇ ਵਿੱਚ ਸੀ, ਉਹ ਦਿਆਲਤਾ ਹੀ, ਉਹ ਕੋਮਲਤਾ, ਉਹ ਆਨੰਦ ਜੋ ਗੁਰੂ ਗੋਬਿੰਦ ਸਿੰਘ ਦੇ ਕੋਲ ਹੈ, ਸ਼ਾਇਦ ਸਾਡੇ ਕੋਲੋਂ ਉਹ ਗੱਲ ਕਹਿ ਨਹੀਂ ਹੋਈ, ਸਾਡੀ ਤੋਂ ਕਹੀ ਵੀ ਨਹੀਂ ਆ ਸਕਦੀ, ਮੈਂ ਸੋਚਦਾ ਪੂਰੀ ਕਿ ਸਾਡੀ ਸਮਰੱਥਾ ਹੀ ਨਹੀਂ ਕਿ ਅਸੀਂ ਪੂਰਾ ਕਹਿ ਸਕੀਏ, ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ, ਸਾਡੇ ਪ੍ਰਚਾਰਕ ਨੇ, ਸਾਡੇ ਲੇਖਕ ਨੇ, ਸਾਡੇ ਫਿਲਾਸਫਰ ਨੇ ਕੋਸ਼ਿਸ਼ ਵੀ ਕੋਈ ਬਹੁਤ ਵੱਡੀ ਨਹੀਂ ਕੀਤੀ। ਹਾਂਜੀ ਬਿਲਕੁਲ, ਔਰ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਉਹ ਗੱਲ ਕਰ ਰਹੇ ਸੀਗੇ ਬਈ ਖਲਕਤ ਦੀ ਕਿੰਨੀ ਦਿਆਲਤਾ ਸੀ ਖਲਕਤ ਪ੍ਰਤੀ, ਕਿ ਪੁੱਤਰ 45 ਸਾਲ ਦੀ ਉਮਰ ਤੋਂ ਬਾਅਦ 'ਚ ਪੈਦਾ ਹੋਇਆ, ਹਾਂਜੀ, ਪਰ ਪੁੱਤਰ ਦਾ ਮੋਹ ਨਹੀਂ ਹਾਵੀ ਹੋਣ ਦਿੱਤਾ, ਖਲਕਤ ਦਾ ਦੁੱਖ ਦੇਖਿਆ, ਅਤੇ ਉਹ ਜਿੱਦਾਂ ਨਾ ਬਾਬਾ ਫਰੀਦ ਜੀ ਦਾ ਸ਼ਬਦ ਆ, ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹਿਰ, ਉਹ ਗੱਲ ਨੂੰ ਵੀ ਖਲਕਤ ਦੀ ਸੇਵਾ ਦੇ ਵਿੱਚੋਂ ਰੱਬ ਦੀ ਸੇਵਾ ਆ, ਲੋਕਾਂ ਦੀ ਸੇਵਾ 'ਚੋਂ ਰੱਬ ਦੀ ਸੇਵਾ ਆ, ਗੁਰੂ ਤੇਗ ਬਹਾਦਰ ਨੇ ਆਪ ਹੀ ਪੂਰਨੇ ਪਾਏ ਆ, 6 ਸਾਲ ਬਾਅਦ ਹੁਣ ਪੁੱਤਰ ਨੂੰ ਮਿਲ ਰਹੇ ਆ, ਅਤੇ ਇਹ ਨਹੀਂ ਕਿ ਜ਼ਿੰਮੇਵਾਰੀਆਂ ਨਹੀਂ ਸੰਭਾਲ ਰਿਹਾ, ਹਾਂਜੀ ਹਾਂਜੀ, ਜ਼ਿੰਮੇਵਾਰੀਆਂ ਜਦੋਂ ਪਟਨਾ ਸਾਹਿਬ ਛੱਡਿਆ ਸੀ ਪਰਿਵਾਰ ਨੂੰ, ਉਦੋਂ ਵੀ ਜ਼ਿੰਮੇਵਾਰੀਆਂ ਨਿਭਾਈਆਂ, ਡਿਊਟੀ ਸਪੈਸ਼ਲ ਤੌਰ 'ਤੇ ਲਾਈ ਗਈ ਜੀ,
ਆਲੇ ਦੁਆਲੇ ਅਤਵਾਰੀ ਬੰਦਿਆਂ ਦੀ ਡਿਊਟੀ ਲਾਈ ਗਈ, ਪਰਿਵਾਰ ਨੂੰ ਹਦਾਇਤਾਂ ਦਿੱਤੀਆਂ ਗਈਆਂ, ਬਾਅਦ ਜਦੋਂ ਉਹਦਾ ਨਾਂ ਰੱਖਿਆ ਗਿਆ ਉਹ ਚਿੱਠੀ ਲਿਖੀ ਗਈ। ਜੀ ਜੀ ਅੱਛਾ, ਚਿੱਠੀ ਲਿਖੀ ਗਈ ਅਤੇ ਉੱਥੇ ਨਾਲ ਨਾਲ ਫਿਰ ਹਦਾਇਤਾਂ ਦਿੱਤੀਆਂ ਗਈਆਂ, ਸਾਰਾ ਆਲੇ ਦੁਆਲੇ ਕੇ ਖਿਆਲ ਰੱਖਣਾ ਆ। ਪਰ ਜਦੋਂ ਹੁਣ ਆਨੰਦਪੁਰ ਸਾਹਿਬ ਆਏ 6 ਸਾਲ ਦੀ ਉਮਰ ਦੇ ਵਿੱਚ, ਅਤੇ ਉੱਥੇ ਪਿਤਾ ਦੇ ਤੌਰ 'ਤੇ ਜ਼ਿੰਮੇਵਾਰੀਆਂ ਕਿ ਪੁੱਤਰ ਜਿਹੜਾ ਆ ਉਹ ਦੁਨਿਆਵੀ ਤੌਰ 'ਤੇ ਵੀ ਅਤੇ ਅਧਿਆਤਮਿਕ ਤੌਰ 'ਤੇ ਵੀ ਐਡਾ ਸਮਰੱਥ ਬਣੇ ਕਿ ਉਹ ਆਉਣ ਵਾਲੇ ਸਮੇਂ ਦੀਆਂ ਜ਼ਿੰਮੇਵਾਰੀਆਂ ਸੰਭਾਲ ਸਕੇ, ਆਪਣੀਆਂ ਵੀ ਅਤੇ ਆਪਣੇ ਸਮਾਜ ਦੀਆਂ ਵੀ। ਜੀ ਸੋ ਸਤਿਗੁਰੂ ਨੇ ਕੀ ਕੀਤਾ, ਸਤਿਗੁਰੂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਗੁਰਮੁਖੀ ਦੀ ਪੜ੍ਹਾਈ ਲਈ, ਗੁਰੂ ਘਰ ਦੇ ਵਿੱਚ ਬਹੁਤ ਵਿਦਵਾਨ ਸੀ, ਦੀਵਾਨ ਸਾਹਿਬ ਚੰਦ ਵੀ ਆਪਾਂ ਕਹਿ ਦਿੰਦੇ ਹਾਂ, ਮੁਨਸ਼ੀ ਸਾਹਿਬ ਚੰਦ ਵੀ ਕਹਿੰਦੇ ਨੇ, ਮੁਨਸ਼ੀ ਸਾਹਿਬ ਚੰਦ ਦੀ ਡਿਊਟੀ ਲਾਈ ਕਿ ਗੋਬਿੰਦ ਰਾਏ ਜੀ ਨੂੰ ਗੁਰਮੁਖੀ ਦੀ ਜਿਹੜੀ ਇਹਨਾਂ ਪਟਨੇ ਤੋਂ ਪੜ੍ਹਾਈ ਸਿੱਖ ਲਈ ਆ। ਹਾਂਜੀ, ਬੇਸ਼ੱਕ ਊੜਾ ਉੱਥੇ ਬਹੁਣਾ ਸਿੱਖ ਲਿਆ ਸੀ, ਅੱਖਰ ਉੱਥੇ ਸਿੱਖ ਲਿਆ ਸੀਗੇ, ਬਾਣੀ ਪੜ੍ਹਨੀ ਸਿੱਖ ਲਈ ਸੀ, ਪਰ ਗੁਰਮੁਖੀ ਦੀ ਅਗਲੀ ਪੜ੍ਹਾਈ ਜਿਹੜੀ ਆ, ਗੁਰਮੁਖੀ ਦਾ ਜਿਹੜਾ ਆਲਮ ਫਾਜ਼ਿਲ ਬਣਾਉਣਾ ਹੈ, ਗੁਰਮੁਖੀ ਜਿਹੜੀ ਗ੍ਰਾਮਰ ਸਿਖਾਉਣੀ ਆ, ਗੁਰਮੁਖੀ ਜਿਹੜੀ ਅਗਲੀ ਪੜ੍ਹਾਈ ਸਿਖਾਉਣੀ, ਗੁਰਮੁਖੀ ਦਾ ਜਿਹੜਾ ਲਿਟਰੇਚਰ ਸਾਰਾ ਸਿਖਾਉਣਾ ਆ, ਉਹ ਮੁਨਸ਼ੀ ਸਾਹਿਬ ਜੰਦ ਜੀ ਤੁਹਾਡੀ ਡਿਊਟੀ ਹੈ। ਹਾਂਜੀ, ਸੋ ਮੁਨਸ਼ੀ ਸਾਹਿਬ ਜੰਦ ਦੀ ਡਿਊਟੀ ਲਾਤੀ ਗਈ ਫਾਰਸੀ ਪੜ੍ਹਾਈ ਦੇ ਲਈ ਸਤਿਗੁਰੂ ਨੂੰ, ਕਿਉਂਕਿ ਹੁਣ ਰਾਜ ਦੀ ਭਾਸ਼ਾ ਉਸ ਸਮੇਂ 'ਚ ਮੁਗਲਾਂ ਦਾ ਰਾਜ ਆ, ਹਾਂਜੀ, ਅਤੇ ਮੁਗਲ ਅਰਬ ਤੋਂ ਆਏ ਆ, ਉਹਨਾਂ ਦੀ ਬੋਲੀਆਂ ਅਰਬੀ ਅਤੇ ਫਾਰਸੀ, ਫਾਰਸੀ ਆ, ਇਹ ਖੁਰਾਸਾਨ ਤੋਂ ਆਇਆ, ਖੁਰਾਸਾਨ ਦੀ ਬੋਲੀ ਫਾਰਸੀ ਸੀਗੀ, ਫਾਰਸੀ ਸ਼ਬਦ ਹੌਲੀ ਹੌਲੀ ਫਾਰਸੀ ਤੋਂ ਵਿਗੜ ਕੇ ਬਣਿਆ ਆ, ਇਹ ਰਾਣਾ ਰਾਖ ਦੀ ਬੋਲੀ ਹੋਇਆ ਕਰਦੀ ਸੀਗੀ ਇਹ। ਸੋ ਇਹ ਜਿਹੜੀ ਬੋਲੀ ਆ ਫਾਰਸੀ ਆ, ਇਹ ਪਾਰਸੀ ਤੋਂ ਵਿਗੜਦੀ ਵਿਗੜਦੀ ਫਾਰਸੀ ਬਣੀ ਆ, ਅਤੇ ਇਹ ਮੁਗਲਾਂ ਦੀ ਰਾਜ ਦਰਬਾਰ ਦੀ ਬੋਲੀ ਆ। ਬੇਸ਼ੱਕ ਪਾਰਸੀ ਧਰਮ ਨੂੰ ਖਤਮ ਕਰ ਦਿੱਤਾ ਮੁਗਲਾਂ ਨੇ, ਪਾਰਸੀ ਧਰਮ ਜਿਹੜਾ ਸੀ ਮੁਸਲਿਮ ਧਰਮ ਨੇ ਖਤਮ ਕਰ ਦਿੱਤਾ, ਇਰਾਨ ਇਰਾਕ 'ਚ ਉਹਨਾਂ ਦਾ ਕਦੀ ਰਾਜ ਹੋਇਆ ਕਰਦਾ ਸੀ, ਪਰ ਹੁਣ ਇਰਾਨ ਅਤੇ ਇਰਾਕ 'ਚ ਇੱਕ ਵੀ ਪਾਰਸੀ ਨਹੀਂ ਮਿਲਦਾ। ਇੱਦਾਂ ਹੀ ਅਫਗਾਨਿਸਤਾਨ ਦੇ ਵਿੱਚ ਕਦੀ ਬੋਧੀਆਂ ਦਾ ਬੋਲਬਾਲਾ ਹੋਇਆ ਕਰਦਾ ਸੀ, ਅੱਜ ਅਫਗਾਨਿਸਤਾਨ ਦੇ ਵਿੱਚ ਇੱਕ ਵੀ ਬੋਧੀ ਨਹੀਂ ਮਿਲਦਾ। ਔਰ ਇਹ ਜਿਹੜੇ ਸਾਰੇ ਇਲਾਕੇ ਸੀਗੇ ਹਿੰਦੂ ਤੋਂ ਵੀ ਇਲਾਕੇ ਸੀਗੇ, ਪਰ ਜੇ ਪਾਰਸੀ ਨਹੀਂ ਮਿਲਦਾ ਪਰ ਫਾਰਸੀ ਬੋਲੀ ਜ਼ਰੂਰ ਮਿਲਦੀ, ਉਹਨਾਂ ਦੀ ਬੋਲੀ ਬਚੀ ਹੋਈ ਆ। ਅਤੇ ਫਾਰਸੀ ਜਿਹੜੀ ਸੀ ਮੁਗਲਾਂ ਦੀ, ਬੜੇ ਵਿਕਸਿਤ ਲੋਕ ਸੀ ਸਰ, ਜਿੱਡੀ ਵਿਕਸਿਤ ਬੋਲੀ ਫਾਰਸੀ ਆ ਕਿ ਜਿੱਥੋਂ ਦੇ ਅਰਬ, ਜਿੱਥੋਂ ਦੇ ਮੱਕਾ ਮਦੀਨਾ ਆ, ਜਿੱਥੋਂ ਦੇ ਇਸਲਾਮ ਦੀ ਪੈਦਾਇਸ਼ ਆ, ਉੱਥੋਂ ਦੀ ਬੋਲੀ ਤਾਂ ਅਰਬੀ ਸੀਗੀ, ਫਾਰਸੀ ਨਹੀਂ ਸੀ, ਫਾਰਸੀ ਪਾਰਸੀਆਂ ਦੀ ਬੋਲੀ ਸੀਗੀ, ਉਹਨਾਂ ਦੀ ਰਾਸ਼ਟਰ ਭਾਸ਼ਾ ਸੀ, ਉਹ ਬੋਲੀ ਨਹੀਂ ਮਰੀ ਫਾਰਸੀ, ਐਡੀ ਵਿਕਸਿਤ ਬੋਲੀ ਸੀ, ਉਹਦੇ ਮੁਕਾਬਲੇ 'ਚ ਅਰਬੀ ਨਹੀਂ ਵਿਕਸਿਤ ਹੋ ਸਕੀ ਉਹਨੀ, ਪਰ ਫਾਰਸੀ ਵਿਕਸਿਤ ਹੋਈ ਆ। ਔਰ ਫਾਰਸੀ ਜਿਹੜੀ ਆ ਉਹ ਮੁਗਲਾਂ ਦੀ ਰਾਜ ਦਰਬਾਰ ਦੀ ਬੋਲੀ ਸੀ, ਫਾਰਸੀ ਦੇ ਅਤੇ ਹਿੰਦੀ ਦੇ, ਪੰਜਾਬੀ ਦੇ, ਅਰਬੀ ਦੇ ਮੇਲ ਦੇ ਵਿੱਚੋਂ ਗਾਂ ਉਰਦੂ ਨਿਕਲੀ ਆ, ਸਾਂਝੀ ਬੋਲੀ ਜਿਹੜੀ ਆ ਮਲਗੋਬਾ ਬੋਲੀ ਬਣੀ ਆ, ਉਹ ਉਰਦੂ ਨਿਕਲੀ ਆ, ਉਹਦੇ 'ਚ ਫਾਰਸੀ ਦੇ ਸ਼ਬਦ ਵੀ ਆ, ਉਹਦੇ 'ਚ ਉਰਦੂ ਦੇ, ਉਹਦੇ 'ਚ ਅਰਬੀ ਦੇ ਸ਼ਬਦ ਵੀ ਆ, ਉਹਦੇ 'ਚ ਹਿੰਦ ਕੇ ਸੰਸਕ੍ਰਿਤ ਦੇ ਸ਼ਬਦ ਵੀ ਆ, ਉਹਦੇ 'ਚ ਪੰਜਾਬੀ ਦੇ ਸ਼ਬਦ ਵੀ ਆ, ਉਹ ਉਰਦੂ ਆ। ਸੋ ਸਾਰੀਆਂ ਬੋਲੀਆਂ ਦੇ ਨੇੜੇ ਬੋਲੀ ਜਿਹੜੀ ਉਰਦੂ ਬਣੀ ਬਾਅਦ 'ਚ, ਪਰ ਰਾਜ ਦਰਬਾਰ ਦੀ ਬੋਲੀ ਫਾਰਸੀ ਹੋਇਆ ਕਰਦੀ ਸੀ। ਸੋ ਰਾਜ ਦਰਬਾਰ ਦੀ ਬੋਲੀ ਸਿਖਾਉਣੀ ਸੀ, ਉਹਦੇ ਲਈ ਫਾਰਸੀ ਦਾ ਵਿਦਵਾਨ ਉਹਨਾਂ ਦਿਨਾਂ 'ਚ ਬਹੁਤ ਵੱਡਾ ਸੀ, ਆਨੰਦਪੁਰ ਦੇ ਵਿੱਚ ਬੈਠਾ ਕੇ ਗੁਰੂ ਤੇਗ ਬਹਾਦਰ ਦੇ ਕੋਲ, ਕਾਜੀ ਪੀਰ ਮੁਹੰਮਦ, ਇਹਨੂੰ ਸਲੋਹ ਵਾਲੇ ਕਾਜੀ ਵੀ ਕਹਿ ਕੇ ਯਾਦ ਕੀਤਾ ਜਾਂਦਾ ਹੈ, ਕਾਜੀ ਪੀਰ ਮੁਹੰਮਦ ਜੀ ਨੂੰ ਆਖਿਆ ਕਿ ਤੂੰ ਗੋਬਿੰਦ ਰਾਏ ਜੀ ਨੂੰ ਫਾਰਸੀ ਸਿਖਾਉਣੀ ਆ, ਬਹੁਤ ਵੱਡਾ ਵਿਦਵਾਨ ਸੀ। ਸੋ ਫਾਰਸੀ ਸਿਖਾਈ, ਔਰ ਗੁਰੂ ਗੋਬਿੰਦ ਸਿੰਘ ਜੀ ਕਿਤੇ ਫਾਰਸੀ ਦੇਖਣੀ ਹੋਵੇ ਤਾਂ ਉਹਨਾਂ ਦਾ ਜਫਰਨਾਮਾ ਦੇਖਣਾ ਚਾਹੀਦਾ, ਕਿਆ ਕਮਾਲ ਦਾ ਆ, ਕਿਆ ਕਮਾਲ ਦਾ ਹੈ, ਇੱਕ ਇੱਕ ਅੱਖਰ ਦੇ ਵਿੱਚ ਜਾਣ ਪਾਈ। ਆਪਾਂ ਕਿਤੇ ਗੁਰੂ ਗੋਬਿੰਦ ਸਿੰਘ ਦਾ ਜਦੋਂ ਜੀਵਨ ਆ ਉਹਦੀ ਫਿਰ ਗੱਲ ਕਰਾਂਗੇ। ਔਰ ਸ਼ਸਤਰ ਵਿੱਦਿਆ ਦੀ ਡਿਊਟੀ ਲਾਉਣੀ, ਕਿਉਂਕਿ ਸਤਿਗੁਰੂ ਨਾਲ ਪੋਥੀ ਦੇ ਕਟਾਰ ਵੀ ਦਿਆ ਕਰਦੇ, ਬਿਲਕੁਲ ਹੁਣ ਪੋਥੀਆਂ ਦੇਣੀਆਂ ਆ ਗੁਰਮੁਖੀ ਦੇ, ਸੰਸਕ੍ਰਿਤ ਸਿਖਾਉਣ ਦੇ ਲਈ, ਔਰ ਸੰਸਕ੍ਰਿਤ ਸਿਖਾਉਣ ਦੇ ਲਈ ਪੰਡਿਤ ਕਿਰਪਾ ਰਾਮ ਦੱਤ ਨੂੰ ਪਟਨਾ ਸਾਹਿਬ ਤੋਂ ਨਾਲ ਲੱਗਾ ਹੋਇਆ ਸੀ, ਸੰਸਕ੍ਰਿਤ ਦਾ ਉਸਤਾਦ ਸੀ ਸਤਿਗੁਰੂ ਜੀ ਦਾ ਪੰਡਿਤ ਕਿਰਪਾ ਰਾਮ ਦੱਤ ਜੀ, ਸੰਸਕ੍ਰਿਤ ਸਿਖਾਉਂਦਾ। ਹੁਣ ਸੰਸਕ੍ਰਿਤ ਵੀ ਦੇ ਦਿੱਤੀ ਆ, ਗੁਰਮੁਖੀ ਵੀ ਦੇ ਦਿੱਤੀ ਆ, ਫਾਰਸੀ ਵੀ ਦੇ ਦਿੱਤੀ ਆ, ਪੋਥੀਆਂ ਦੇ ਦਿੱਤੀਆਂ, ਪੋਥੀਆਂ ਦਾ ਗਿਆਨ ਦੇ ਦਿੱਤਾ, ਸ਼ਬਦ ਦੇ ਦਿੱਤਾ ਆ, ਪਰ ਨਾਲ ਨਾਲ ਹੁਣ ਸ਼ਸਤਰ ਵਿੱਦਿਆ ਵੀ ਦੇਣੀ ਆ। ਅਤੇ ਉਹਦੇ ਲਈ ਗੁਰੂ ਤੇਗ ਬਹਾਦਰ ਜੀ ਨੇ ਸਾਰੇ ਸਿੱਖਾਂ 'ਚ ਦੇਖਿਆ ਕਿ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਯੋਧਾ ਕੌਣ ਹੈ, ਅਤੇ ਉਹ ਬੱਜਰ ਸੀਗਾ, ਉਹਦਾ ਨਾਂ ਹੀ ਬੱਜਰ ਪੈ ਗਿਆ ਸੀ। ਬੱਜਰ ਕਿਹਨੂੰ ਕਹਿੰਦੇ ਸੀ? ਪੱਥਰ ਨੂੰ। ਉਹ ਇੰਨੀ ਐਕਸਰਸਾਈਜ਼ ਕਰਦਾ ਹੁੰਦਾ ਸੀ, ਉਹਦੇ ਬਾਰੇ ਕਿਹਾ ਜਾਂਦਾ ਸੀ ਕਿ ਤੀਰ ਉਹਦੇ ਸਰੀਰ ਨੂੰ ਛੂਹ ਕੇ ਡਿੱਗ ਪੈਂਦਾ, ਉਹਦੇ ਅੰਦਰ ਨਹੀਂ ਦੱਸ ਸਕਦਾ, ਬੱਜਰ ਬਣਿਆ ਹੋਇਆ। ਅਤੇ ਬਾਅਦ 'ਚ ਉਹਨੇ ਅਮਰ ਸਿੰਘ, ਉਹਦਾ ਨਾਂ ਹੋ ਗਿਆ ਬੱਜਰ ਸਿੰਘ। ਸੋ ਮੈਂ ਨਾਂ ਬੱਜਰ ਸਿੰਘ ਹੀ ਵਰਤੂੰਗਾ, ਪਰ ਜਦੋਂ ਉਹਨੂੰ ਗੁਰੂ ਗੋਬਿੰਦ ਸਿੰਘ ਦਾ, ਗੋਬਿੰਦ ਰਾਏ ਜੀ ਦਾ ਸ਼ਸਤਰ ਵਿੱਦਿਆ ਦਾ ਉਸਤਾਦ ਬਣਾਇਆ ਗਿਆ, ਉਹਦਾ ਨਾਂ ਬੱਜਰ ਹੀ ਸੀਗਾ। ਸੋ ਬੱਜਰ ਸਿੰਘ ਬਾਅਦ 'ਚ ਅਮਰ ਸਿੰਘ ਸ਼ਹੀਦ ਵੀ ਹੋਇਆ, ਉਹਦਾ ਆਪਾਂ ਜ਼ਿਕਰ ਤਾਂ ਕਿਤੇ ਫੇਰ ਕਰਾਂਗੇ ਜਦੋਂ ਸ਼ਹਾਦਤ ਦਾ ਸਮਾਂ ਉਹ ਆਏਗਾ, ਉਦੋਂ ਜ਼ਿਕਰ ਕਰਾਂਗੇ। ਇਹ ਬੱਜਰ ਸਿੰਘ ਨੂੰ ਸ਼ਸਤਰ ਵਿੱਦਿਆ ਦਾ ਉਸਤਾਦ ਬਣਾਇਆ ਗਿਆ। ਇਹ ਬੱਜਰ ਸਿੰਘ ਸ਼ਹੀਦ ਭਾਈ ਮਣੀ ਸਿੰਘ ਦੇ ਫੁੱਫੜ ਦੇ ਪੁੱਤਰ ਦਾ ਪੁੱਤਰ ਸੀ, ਠੀਕ ਹੈ, ਇਹਦਾ ਆਪਾਂ ਕਦੇ ਜ਼ਿਕਰ ਕਰਾਂਗੇ। ਫਿਰ ਸ਼ਹੀਦ ਭਾਈ ਮਣੀ ਸਿੰਘ ਦੇ ਫੁੱਫੜ ਜਿਹੜਾ ਸੁਖੀਆ ਮਾਂਡਣ ਸੀਗਾ, ਉਹਦਾ ਪੁੱਤਰ ਸੀ ਭਾਈ ਰਾਮਾ, ਰਾਮੇ ਦਾ ਪੁੱਤਰ ਸੀ ਇਹ ਬੱਜਰ। ਸੋ ਇਹ ਗੁਰੂ ਗੋਬਿੰਦ ਸਿੰਘ ਦੀ ਸ਼ਸਤਰ ਵਿੱਦਿਆ ਦਾ ਉਸਤਾਦ ਬਣਾਇਆ ਗਿਆ। ਸੋ ਗੁਰੂ ਤੇਗ ਬਹਾਦਰ ਜੀ ਨੇ ਪਿਤਾ ਵਾਲੇ ਸਾਰੇ ਫਰਜ਼ ਵੀ ਨਿਭਾਏ, ਮੋਹ 'ਚ ਪੈਣ ਤੋਂ ਬਿਨਾਂ ਨਿਭਾਏ, ਬਿਲਕੁਲ।
ਫਾਰਸੀ ਦੀ ਵਿੱਦਿਆ ਦਿੱਤੀ, ਸੰਸਕ੍ਰਿਤ ਦੀ ਵਿੱਦਿਆ ਦਿੱਤੀ ਆ, ਗੁਰਮੁਖੀ ਦੀ ਵਿੱਦਿਆ ਦਿੱਤੀ ਆ, ਸ਼ਸਤਰ ਵਿੱਦਿਆ ਲਈ ਆਪਣੇ ਸਮੇਂ ਦਾ ਸਭ ਤੋਂ ਜ਼ਿਆਦਾ ਵੱਡਾ ਯੋਧਾ ਜਿਹੜਾ ਸੀਗਾ, ਜਿਹੜਾ ਸ਼ਸਤਰ ਵਿੱਦਿਆ ਦਾ ਜਾਣੂ ਸੀਗਾ, ਉਹਨੂੰ ਉਸਤਾਦ ਬਣਾਇਆ, ਬੱਜਰ ਸਿੰਘ ਨੂੰ ਬਣਾਇਆ ਉਸਤਾਦ ਬਣਾਇਆ। ਸੋ ਇਹ ਸਾਰੇ ਕੰਮ ਕੀਤੇ। ਮੈਂ ਹੁਣ ਤੁਹਾਡੇ ਅਗਲੇ ਸਵਾਲ ਲੈ ਲਿਆ ਜੀ ਜੀ ਹਾਂਜੀ, ਮੈਂ ਬੜੀ ਕਾਹਲੀ ਕਾਹਲੀ ਇਹ ਗੱਲਾਂ ਜਾਣ ਕੇ ਕੀਤੀਆਂ, ਮੈਂ ਤੁਹਾਡੇ ਅਗਲੇ ਸਵਾਲ ਲੈ ਆਉਣਾ ਚਾਹੁੰਦਾ ਸੀ, ਨਹੀਂ ਤਾਂ ਮੇਰਾ ਜੀ ਕਰਦਾ ਇੱਥੇ ਟਿਕ ਲਵਾਂ, ਬੱਜਰ ਸਿੰਘ ਦੀ ਗੱਲ ਟਿੱਕੇ ਕਰ ਸਕਦਾ ਸੀ, ਕਾਜੀ ਪੀਰ ਮੁਹੰਮਦ ਦੀ ਗੱਲ ਟਿੱਕੇ ਕਰ ਸਕਦਾ ਸੀ, ਮੁਨਸ਼ੀ ਸਾਹਿਬ ਜਾਂਦੀ, ਪਰ ਆਪਾਂ ਗੁਰੂ ਬੰਸਾ ਦਾ ਫਿਰ ਜਦੋਂ ਸਮਾਂ ਆਊਗਾ ਸ਼ਾਇਦ ਉਦੋਂ ਟਿੱਕੇ ਇਹ ਗੱਲਾਂ ਕਰਾਂਗੇ। ਹਾਂਜੀ, ਪਟਨਾ ਸਾਹਿਬ ਦਾ ਇਤਿਹਾਸ ਜੀ ਕਮਾਲ ਦਾ ਜੀ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਲਿਖਿਆ ਜੀ ਕਿ ਜਿਹੜਾ ਚੰਦਰ ਗੁਪਤ ਮੌਰੀਆ ਹੋਇਆ ਨਾ, ਹਾਂਜੀ, ਮੌਰੀਆ ਵੰਸ਼ ਦਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਜਿਹੜਾ ਵੰਸ਼ ਆ ਜਿਹਨੇ ਰਾਜ ਕੀਤਾ ਜਦੋਂ ਹਿੰਦੁਸਤਾਨ ਅਜੇ ਗੁਲਾਮ ਨਹੀਂ ਸੀ। ਹਾਂਜੀ ਹਾਂਜੀ, ਜਿਹਨੇ ਜਿਹਦੇ ਤੋਂ ਡਰਦਾ ਹੋਇਆ, ਜਿਹਦੀ ਤਾਕਤ ਤੋਂ ਡਰਦਾ ਹੋਇਆ, ਸਿਕੰਦਰ ਵੀ ਜਿਹਦੇ ਤੇ ਹਮਲਾਵਰ ਨਹੀਂ ਸੀ ਹੋ ਸਕਿਆ, ਸਿਕੰਦਰ ਨੇ ਪੋਰਸਾਂ ਨਾਲ ਲੜਾਈ ਲੜੀ ਤੇ ਉੱਥੋਂ ਵਾਪਸ ਮੁੜ ਗਿਆ। ਮੋਹਰੇ ਚੰਦਰ ਗੁਪਤ ਮੌਰੀਆ ਦੀ ਤੇ ਹਰਸ਼ਵਰਧਨ ਦੀਆਂ ਰਾਸ਼ਤਾ ਸ਼ੁਰੂ ਹੁੰਦੀਆਂ ਸੀ। ਹਰਸ਼ਵਰਧਨ ਵੀ ਬਹੁਤ ਤਕੜਾ ਬਾਦਸ਼ਾਹ ਸੀ ਤੇ ਮੌਰੀਆ ਖਾਨਦਾਨ ਦਾ ਰਾਜ, ਮੋਹਰੇ ਚੰਦਰ ਗੁਪਤ ਮੌਰੀਆ ਬੈਠਾ, ਚਾਣਕਿਆ ਬੈਠਾ ਸੀ, ਚੰਦਰ ਗੁਪਤ ਮੌਰੀਆ ਦੇ ਨਾਲ ਉਹਦਾ ਸਲਾਹਕਾਰ ਚਾਣਕਿਆ ਬੈਠਾ ਸੀਗਾ। ਤੇ ਸਿਕੰਦਰ ਜਿਹੜਾ ਸਾਰੀ ਕਹਿੰਦੇ ਜਨਾਨ ਤੋਂ ਤੁਰਿਆ ਸੀ, ਦੁਨੀਆਂ ਜਿੱਤਦਾ ਤੁਰਿਆ ਗਿਆ ਸੀ, ਪਰ ਉਹਦੀ ਹਿੰਮਤ ਨਹੀਂ ਪਈ ਕਿ ਚੰਦਰ ਗੁਪਤ ਮੌਰੀਆ ਦੀ ਰਿਆਸਤ ਦੇ ਵਿੱਚ ਦਾਖਲ ਹੋ ਸਕੇ ਜੀ। ਐਡਾ ਤਾਕਤਸ਼ਾਲੀ ਰਾਜਾ ਸੀ, ਤੇ ਜੇ ਹਿੰਦੁਸਤਾਨ ਦੇ ਵਿੱਚ ਕਿਸੇ ਹਿੰਦੁਸਤਾਨੀ ਹਕੂਮਤ ਨੇ, ਜਿਹਨੂੰ ਜਦੋਂ ਹਿੰਦੁਸਤਾਨ ਅਜੇ ਗੁਲਾਮ ਨਹੀਂ ਸੀ ਹੋਇਆ, ਸਿਕੰਦਰ ਤੋਂ ਪਹਿਲਾਂ ਜਾਂ ਸਿਕੰਦਰ ਤੋਂ ਬਾਅਦ ਤੱਕ ਜੇ ਕਿਸੇ ਪਰਿਵਾਰ ਨੇ ਸਭ ਤੋਂ ਲੰਬਾ ਸਮਾਂ ਹਕੂਮਤ ਕੀਤੀ ਆ, ਤੇ ਉਹ ਮੌਰੀਆ ਵੰਸ਼ ਨੇ ਕੀਤੀ ਆ ਜੀ। ਮੌਰੀਆ ਵੰਸ਼ ਦਾ ਰਾਜਾ ਚੰਦਰ ਗੁਪਤ ਮੌਰੀਆ, ਉਹਦਾ ਪੁੱਤਰ ਬਿੰਦੂਸਾਰ, ਬਿੰਦੂਸਾਰ ਦਾ ਪੁੱਤਰ ਅਸ਼ੋਕ ਸੀ, ਜਿਹਨੂੰ ਆਪਾਂ ਮਹਾਨ ਅਸ਼ੋਕ ਕਹਿੰਦੇ ਹਾਂ, ਜਿਹੜੇ ਅਸ਼ੋਕ ਮਹਾਨ ਦਾ ਚਿੰਨ ਜਿਹੜਾ ਆ ਉਹ ਜਿਹਨੂੰ ਆਪਾਂ ਚਾਰਾਂ ਮੂੰਹ ਵਾਲੇ ਸ਼ੇਰ ਕਹਿੰਦੇ, ਤਿੰਨ ਸ਼ੇਰ ਦਿਖਦੇ ਆ, ਚੌਥਾ ਸ਼ੇਰ ਲੁਕ ਜਾਂਦਾ ਮੋਰੇ, ਉਹ ਜਿਹੜਾ ਸਤੰਭ ਆ ਉਹ ਅਸ਼ੋਕ ਦਾ ਬਣਾਇਆ ਹੋਇਆ, ਜਿਹਨੂੰ ਭਾਰਤ ਸਰਕਾਰ ਨੇ ਪ੍ਰਵਾਨ ਕਰ ਲਿਆ ਹੋਇਆ, ਤੇ ਉਹ ਪ੍ਰਵਾਨ ਐਵੇਂ ਨਹੀਂ ਕੀਤਾ, ਉਹ ਕੀਤਾ ਇਸੇ ਕਰਕੇ ਕਿ ਚਾਰਾਂ ਹੀ ਦਿਸ਼ਾਵਾਂ ਦੇ ਵਿੱਚ ਸ਼ੇਰ ਵਰਗੀ ਗਰਜ ਸੀਗੀ, ਇਹ ਚੰਦਰ ਗੁਪਤ ਮੌਰੀਆ ਤੋਂ ਲੈ ਕੇ ਇਸ ਖਾਨਦਾਨ ਦੀ, ਇਹ ਖਾਨਦਾਨ ਦਾ ਚਿੰਨ ਹੁੰਦਾ ਸੀ ਜਿਹੜਾ ਭਾਰਤ ਸਰਕਾਰ ਨੇ ਤਿੰਨਾਂ ਸ਼ੇਰਾਂ ਵਾਲਾ, ਉਹ ਤਿੰਨਾਂ ਸ਼ੇਰਾਂ ਨਾਲ ਤਾਂ ਕਹਿੰਦੇ ਤਿੰਨ ਸ਼ੇਰਾਂ ਦੇ ਮੂੰਹ ਦਿਖਦੇ ਆ, ਪਰ ਕਿਉਂਕਿ ਸਤੰਭ ਚਾਰਾਂ ਸ਼ੇਰਾਂ ਵਾਲਾ ਸੀ, ਪਿਛਲਾ ਜਦੋਂ ਉਹਦੀ ਫੋਟੋ ਖਿੱਚੋ ਪਿਛਲਾ ਲੁਕ ਜਾਂਦਾ ਹੁੰਦਾ ਉਹ ਜਿਹੜਾ ਸੀਗਾ। ਇਹ ਚੰਦਰ ਗੁਪਤ ਮਹਾਨ ਕੁਸ਼ ਮੁਤਾਬਕ, ਭਾਈ ਕਾਹਨ ਸਿੰਘ ਨਾਭਾ ਦੇ ਮੁਤਾਬਕ, ਚੰਦਰ ਗੁਪਤ ਦੇ ਮੌਰੀਆ ਬਣਸੀ ਰਾਜਧਾਨੀ ਸੀਗੀ ਪਟਨਾ, ਤੇ ਪਰ ਪਟਨਾ ਦਾ ਨਾਂ ਉਦੋਂ ਪਾਟਲੀ ਪੁੱਤਰ ਸੀਗਾ। ਠੀਕ ਹੈ ਮੈਨੂੰ ਤੁਹਾਡੀ ਇਹ ਗੱਲ ਤੋਂ ਜ਼ਿਆਦਾ ਹੈ ਕਿ ਅਸੀਂ ਜਦੋਂ ਪਟਨਾ ਸਾਹਿਬ ਗਏ ਤਾਂ ਮੇਰੀ ਬੇਟੀ ਨੇ ਮੈਨੂੰ ਸਵਾਲ ਕੀਤਾ ਸੀ ਵੀ ਇਹ ਜਿਹੜਾ ਏਰੀਆ ਤਾਂ ਕਾਫੀ ਕਹਿੰਦੇ ਬੈਕਵਰਡ ਜਿਹਾ ਲੱਗ ਰਿਹਾ ਹੈ, ਤੇ ਕਹਿੰਦੇ ਗੁਰੂ ਸਾਹਿਬ ਜੀ ਇੱਥੇ ਕਿਉਂ ਆਏ, ਪਰ ਜਿੱਦਾਂ ਤੁਸੀਂ ਦੱਸੇ ਕਿ ਉਸ ਸਮੇਂ ਕਦੇ ਮੈਂ ਕਦੇ ਮੈਂ ਗੁਰੂ ਸਾਹਿਬ ਤੋਂ ਮਿਲ ਤਾਂ ਪਛੜੇ ਹੋਊਗਾ, ਹਾਂਜੀ, ਪਰ ਮੈਂ ਉਦੋਂ 2500 ਸਾਲ ਪਹਿਲਾਂ ਦੀ ਗੱਲ ਕਰ ਰਿਹਾ, 2500 ਸਾਲ ਪਹਿਲਾਂ ਜਾਣੀ ਕਿ ਪਟਨਾ ਸਾਹਿਬ ਚੰਦਰ ਗੁਪਤ ਮੌਰੀਆ ਦੀ ਰਾਜਧਾਨੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਾਂਗੇ 350 ਸਾਲ ਹੋਏ ਜੀ ਜੀ ਹਾਂਜੀ, ਪਰ ਮੈਂ 2500 ਸਾਲ ਮੈਂ ਤਾਂ ਉਹ ਗੱਲ ਕਰਨ ਲੱਗਾ ਕਿ ਪਟਨਾ ਦੀ ਇੰਨੀ ਇੰਪੋਰਟੈਂਟ ਕਿਉਂ, ਹਾਂਜੀ, ਪਾਟਲੀ ਪੁੱਤਰ ਸੀਗਾ ਜੀ ਜੀ, ਇਹ ਪਾਟਲੀ ਪੁੱਤਰ ਹਿੰਦੁਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਸੀ ਜੀ, ਸਭ ਤੋਂ ਵੱਡਾ ਜਿਹੜਾ ਹਿੰਦੁਸਤਾਨੀ ਲੋਕਾਂ ਦਾ ਜਿਹੜਾ ਸਭ ਤੋਂ ਵੱਡਾ ਸਮਰਾਜ ਸੀ, ਜਿਹਦੇ ਤੋਂ ਸਿਕੰਦਰ ਵੀ ਡਰਦਾ ਸੀਗਾ, ਉਹਦੀ ਰਾਜਧਾਨੀ ਸੀ। ਠੀਕ ਹੈ, ਔਰ ਇੱਥੇ ਗੁਰੂ ਨਾਨਕ ਸਾਹਿਬ ਦਾ ਆਉਣਾ ਲੋਕਾਂ ਨੂੰ ਆ ਕੇ ਦੱਸਣਾ, ਜਦ ਤੱਕ ਪਟਨਾ ਉੱਜੜ ਚੁੱਕਾ ਹੋਇਆ ਸੀ ਗੁਰੂ ਨਾਨਕ ਸਾਹਿਬ ਉਦੋਂ ਆਏ ਸੀ, ਉਦੋਂ ਆਉਣਾ ਤੇ ਲੋਕਾਂ ਦੇ ਵਿੱਚ ਜਾਗਰਤੀ ਜਗਾਉਣੀ ਕਿ ਪਾਟਲੀ ਪੁੱਤਰ ਦੇ ਇਤਿਹਾਸ ਨਾਲ ਜੁੜ ਕੇ ਦੇਖੋ ਤੁਸੀਂ ਤੁਸੀਂ ਕੀ ਸੀ ਤੇ ਕੀ ਬਣ ਗਏ। ਹਾਂਜੀ, ਮੈਂ ਜਦੋਂ ਅਸੀਂ ਨਾ ਖਾਲਸਾ ਰਾਜ ਕਿਵੇਂ ਬਣੇ ਦੀ ਗੱਲ ਕਰਾਂਗੇ ਤੇ ਅਸੀਂ ਭਾਰਤੀ ਮਨੁੱਖ ਦੀ ਤਿਆਰੀ ਦੀ ਗੱਲ ਕਰਾਂਗੇ ਤੇ ਗੁਰੂ ਨਾਨਕ ਸਾਹਿਬ ਨੇ ਪੂਰੇ ਭਾਰਤ 'ਚ ਮਿਲ ਕੇ ਜਿਹੜੀ ਤਿਆਰੀ ਕੀਤੀ ਆ, ਮੈਂ ਨਾਲ ਨਾਲ ਧਾਰਮਿਕ ਨਜ਼ਰੀਏ ਦੇ ਨਾਲ ਨਾਲ ਰਾਜਨੀਤਿਕ ਨਜ਼ਰੀਆ ਗੁਰੂ ਸਾਹਿਬ ਦਾ ਉਹ ਵੀ ਕਹਿਣਾ ਚਾਹੁੰਦਾ, ਉਹ ਕਹਿਣਾ ਪਊਗਾ ਸਾਨੂੰ, ਉਹਨੂੰ ਸਮਝਣਾ ਵੀ ਪਊਗਾ, ਜੇ ਉਸ ਨੂੰ ਕਹਿੰਦੇ ਸਮਝਦੇ ਤੇ ਕਹਿੰਦੇ ਨਹੀਂ ਉਹਦੇ 'ਚੋਂ ਛਿੱਟੇ ਨਹੀਂ ਕੱਢਦੇ ਤੇ ਸਾਡੇ ਲਈ ਉਹ ਜਿਹੜੀ ਗੱਲ ਕਿਉਂਕਿ ਕੱਢੇ ਨਹੀਂ ਗਿਆ, ਉਹਨੂੰ ਸਮਝਿਆ ਨਹੀਂ ਗਿਆ, ਉਹਨੂੰ ਕਿਹਾ ਨਹੀਂ ਗਿਆ, ਤੇ ਇਸੇ ਕਰਕੇ ਅਸੀਂ ਕੁਰਾਹੇ ਤੁਰੇ ਫਿਰਦੇ ਰਹੇ ਹਾਂ, ਹੁਣ ਤੱਕ ਕੁਰਾਹੇ ਤੁਰੇ ਫਿਰਦੇ ਰਹੇ, ਅਸੀਂ ਆਪਣਾ ਨੁਕਸਾਨ ਕਰਾਈ ਜਾ ਰਹੇ, ਕੌਮ ਦੇ ਤੌਰ ਦੇ ਉੱਤੇ, ਸਮਾਜ ਦੇ ਤੌਰ ਦੇ ਉੱਤੇ, ਸੱਭਿਅਤਾ ਦੇ ਤੌਰ ਦੇ ਉੱਤੇ ਅਸੀਂ ਨੁਕਸਾਨ ਕਰਾਈ ਜਾ ਰਹੇ। ਮੈਂ ਤਾਂ ਕਰਕੇ ਗੱਲ ਜ਼ੋਰ ਦੇ ਕੇ ਕਹਿਣ ਲੱਗਾ ਜੀ, ਹਰ ਐਪੀਸੋਡ 'ਚ ਵੈਸੇ ਕੋਸ਼ਿਸ਼ ਹੁੰਦੀ ਹੈ ਕਹਿਣ ਦੀ, ਪਰ ਇੱਥੇ ਮੈਂ ਟਿੱਕ ਕੇ ਥੋੜ੍ਹੀ ਕਹਿ ਲਵਾਂ ਕਿ ਪਾਟਲੀ ਪੁੱਤਰ ਉਸ ਸਮੇਂ ਚੰਦਰ ਗੁਪਤ ਮੌਰੀਆ ਦੇ ਪੁੱਤਰ ਬਿੰਦੂਸਾਰ ਤੇ ਉਹਦੇ ਪੁੱਤਰ ਅਸ਼ੋਕ ਦੇ ਵੇਲੇ ਤੱਕ, ਹਾਂਜੀ, ਗਾਂ ਉਸ ਖਾਨਦਾਨ ਦੇ 13 ਬਾਦਸ਼ਾਹ ਹੋਰ ਹੋਏ ਅਸ਼ੋਕ ਦੇ। ਠੀਕ ਹੈ, ਲਗਾਤਾਰ ਇਹ ਖਾਨਦਾਨ ਚੱਲਿਆ, 13 ਬਾਦਸ਼ਾਹ ਹੋਰ ਹੋਏ ਆ, ਬੇਸ਼ੱਕ ਰਾਜ ਘਟਦਾ ਰਿਹਾ, ਅਸ਼ੋਕ ਤੋਂ ਬਾਅਦ ਉਹਦੇ ਪੁੱਤਰਾਂ ਦੇ ਕੋਲੋਂ ਉਸ ਪੱਧਰ ਦੇ ਲਈ ਰਾਜ ਘਟਦਾ ਗਿਆ ਘਟਦਾ ਗਿਆ, ਪਰ ਚੰਦਰ ਗੁਪਤ ਦਾ ਪੁੱਤਰ ਬਿੰਦੂਸਾਰ ਤੇ ਬਿੰਦੂਸਾਰ ਦਾ ਪੁੱਤਰ ਅਸ਼ੋਕ, ਯਾਨੀ ਕਿ ਪੋਤਾ ਜਿਹੜਾ ਸੀ ਚੰਦਰ ਗੁਪਤ ਦਾ, ਇਹ ਹਿੰਦੁਸਤਾਨ ਦੇ ਜਿਹੜੇ ਰਾਜਿਆਂ ਦੇ ਰਾਜ 'ਚੋਂ ਸਭ ਤੋਂ ਵੱਡੀ ਪ੍ਰਾਪਤੀ ਆ ਜੀ।
13 ਬਾਦਸ਼ਾਹ ਸਿਖਾਉਂਦੇ ਨੇ ਕਾ ਹੋਰ ਹੋਇਆ ਉਹਨਾਂ ਦਾ ਬੜਾ ਲੰਬਾ ਇਤਿਹਾਸ ਆ ਕਿਤੇ ਸਮਾਂ ਨਹੀਂ ਹੁੰਦਾ ਇੰਨਾ ਕਿ ਆਪਾਂ ਉਹਦ ਨੂੰ ਜਾ ਸਕੀਏ ਕਿਉਂਕਿ ਆਪਾਂ ਉੱਥੇ ਅਟਕਣਾ ਹੁੰਦਾ ਇੱਕ ਥਾਂ ਦੇ ਉੱਤੇ ਉਹਨਾਂ ਦੇ ਸਮਿਆਂ ਦੇ ਵਿੱਚ ਪਾਟਲੀ ਪੁੱਤਰ ਚੰਡੀ ਜਿਹੜਾ ਪਟਨਾ ਸਾਹਿਬ ਆ ਉਹਨਾਂ ਦੀ ਰਾਜਧਾਨੀ ਹੁੰਦਾ ਸੀਗਾ ਜੀ ਇਹ 2500 ਵਰੇ ਪਹਿਲਾਂ ਦੀ ਗੱਲ ਹੈ 9 ਮੀਲ ਲੰਮੀ ਜੀ ਤੇ 1.5 ਮੀਲ ਚੌੜੀ ਆਬਾਦੀ ਵਾਲਾ ਸ਼ਹਿਰ ਹੁੰਦਾ ਸੀ ਠੀਕ ਹੈ ਉਹਨਾਂ ਸਮਿਆਂ 'ਚ ਜਦੋਂ ਪੂਰੇ ਸੰਸਾਰ ਦੇ ਵਿੱਚ ਕੋਈ ਵੀ ਸ਼ਹਿਰ ਮੀਲ ਜਾਂ 2 ਮੀਲ ਤੋਂ ਜ਼ਿਆਦਾ ਲੰਬਾ ਨਹੀਂ ਸੀ ਹੈਗਾ ਅੱਜ ਤੋਂ 2500 ਸਾਲ ਪਹਿਲਾਂ ਹਾਂਜੀ ਹਾਂਜੀ ਲੋਕ ਨਿੱਕੇ ਨਿੱਕੇ ਨਗਰਾਂ ਕਸਬਿਆਂ 'ਚ ਰਹਿੰਦੇ ਹੁੰਦੇ ਸੀਗੇ ਜਾਂਗਲੀ ਲੋਕ ਜ਼ਿਆਦਾ ਹੁੰਦੇ ਸੀਗੇ ਪਿੰਡਾਂ ਕਸਬਿਆਂ ਜਿੱਥੇ ਪਿੰਡ ਕਸਬਾ ਵੱਜ ਜਾਂਦਾ ਸੀ ਉਹਨੂੰ ਵੱਡੀ ਵੱਡੀ ਪ੍ਰਾਪਤੀ ਸਮਝਦੇ ਹੁੰਦੇ ਸੀ ਉਦੋਂ ਇਸ ਪਾਟਲੀ ਪੁੱਤਰ ਦੀ ਜਿਹੜੀ ਲੰਬਾਈ 9 ਮੀਲ ਲੰਬੀ ਸੀਗੀ ਠੀਕ ਹੈ 9 ਮੀਲ ਲੰਬੀ ਲੰਬਾਈ ਸੀਗੀ ਔਰ 1.5 ਮੀਲ ਚੌੜੀ ਆਬਾਦੀ ਵਾਲਾ ਸ਼ਹਿਰ ਸੀ ਠੀਕ ਹੈ ਤੇ ਹੋਇਆ ਕਿਉਂਕਿ ਰਾਜਧਾਨੀ ਸੀਗੀ ਇਸ ਕਰਕੇ ਇਸ 9 ਮੀਲ ਲੰਬੇ ਤੇ 1.5 ਮੀਲ ਚੌੜੇ ਇਲਾਕੇ ਦੇ ਆਲੇ ਦੁਆਲੇ ਇੱਕ ਬਹੁਤ ਉੱਚੀ ਕੰਧ ਬਣਾਈ ਹੋਈ ਸੀ ਠੀਕ ਹੈ ਕਿਉਂਕਿ ਜਿੱਥੇ ਰਾਜੇ ਰਹਿੰਦੇ ਹੁੰਦੇ ਸੀਗੇ ਉਹਨਾਂ ਦੀ ਰਾਖੀ ਦੇ ਲਈ ਆਲੇ ਦੁਆਲੇ ਕਿਉਂਕਿ ਬਾਹਰੋਂ ਦੁਸ਼ਮਣ ਕਿਤੇ ਜਿੱਦਾਂ ਵੀ ਆਵੇ ਹਮਲਾਵਾਰੀ ਜਾ ਕੇ ਦਾਖਲ ਨਾ ਹੋ ਸਕੇ ਇੱਥੇ ਰਾਜੇ ਨੇ ਰਹਿਣਾ ਉਹਦੇ ਅਹਿਲਕਾਰਾਂ ਨੇ ਰਹਿਣਾ ਜੇ ਰਾਜਧਾਨੀ ਤੇ ਕਬਜ਼ਾ ਹੋਵੇ ਤਾਂ ਰਾਜ ਕਿੱਥੇ ਜਾਊਗਾ ਜੀ ਸੋ ਉਹ ਜੀ ਆਲੇ ਦੁਆਲੇ ਚਾਰ ਦੀਵਾਰੀ ਬਣਾਉਣ ਦਾ ਉਹਨਾਂ ਦਿਨਾਂ 'ਚ ਰਿਵਾਜ ਹੁੰਦਾ ਸੀ ਸੋ ਆਲੇ ਦੁਆਲੇ ਇਹਦੇ 9 ਮੀਲ ਲੰਬਾ ਤੇ 1.5 ਮੀਲ ਚੌੜੇ ਇਲਾਕੇ ਦੇ ਆਲੇ ਦੁਆਲੇ ਕੰਧ ਬਣੀ ਹੁੰਦੀ ਸੀ ਠੀਕ ਹੈ ਇਸ ਕੰਧ ਦੇ ਉੱਤੇ ਕਿਉਂਕਿ ਐਡੀ ਲੰਬੀ ਚੌੜੀ ਕੰਧ ਆ ਹਾਂਜੀ ਹਾਂਜੀ ਇਹਦੇ ਉੱਤੇ 570 ਬੁਰਜ ਸੀਗੇ ਠੀਕ ਹੈ ਮਹਾਨ ਕੁਸ਼ ਦੀ ਲਿਖਾਈ ਆ ਤੇ ਇਹਦੇ ਪੁਰਾਣੇ ਲਿਖਾਣਾ 'ਚ ਉਹਨਾਂ ਨੇ ਪੁਰਾਣੇ ਲਿਖਾਣੇ 570 ਬੁਰਜ ਸੀਗੇ ਤੇ 64 ਦਰਵਾਜ਼ੇ ਸੀਗੇ ਠੀਕ 9 ਮੀਲ ਲੰਬੇ 1.5 ਮੀਲ ਚੌੜੀ ਕੰਧ ਦੇ ਵਿੱਚ ਹਾਂਜੀ ਜਿਹੜਾ ਇਲਾਕਾ ਸੀ ਜਿਹਨੂੰ ਕੰਧ ਨੇ ਚੌੜੀ ਕੰਧ ਘੇਰਿਆ ਹੋਇਆ ਸੀਗਾ ਹਾਂਜੀ ਸ਼ਹਿਰ ਦੇ ਵਿੱਚ ਦਾਖਲ ਹੋਣ ਦੇ ਲਈ 64 ਦਰਵਾਜ਼ੇ ਸੀ ਪਰ ਇਸ ਕੰਧ ਦੇ ਉੱਤੇ 570 ਬੁਰਜ ਵੀ ਸੀ ਕੰਧ ਕਿੰਨੀ ਚੌੜੀ ਹੋਈ ਹੋਊਗੀ ਜਿਹਦੇ ਉੱਤੇ ਬੁਰਜ ਬਣਾਏ ਸੀ ਉਹਨਾਂ ਬੁਰਜਾਂ ਦੇ ਵਿੱਚ ਨਿਸ਼ਾਨਚੀ ਤੀਰ ਕਮਾਨਾਂ ਵਾਲੇ 2500 ਸਾਲ ਪਹਿਲਾਂ ਜੀ ਤੇ ਬੰਦੂਕਚੀ ਬੈਠਦੇ ਹੁੰਦੇ ਸੀ ਠੀਕ ਹੈ ਤਾਂ ਕਿ ਪਹਿਰਾ ਦਿੰਦੇ ਸੀ ਰਾਤ ਨੂੰ ਬੈਠ ਕੇ ਉਹਦੇ ਉਹਨਾਂ ਬੁਰਜਾਂ ਦੇ ਵਿੱਚ ਬੈਠ ਕੇ 570 ਬੁਰਜ ਸੀ ਇਹ ਰਖਵਾਲੀ ਲਈ ਬਣੇ ਹੋਏ ਉੱਥੇ ਬੈਠ ਕੇ ਪਹਿਰਾ ਦਿੱਤਾ ਜਾਂਦਾ ਸੀ ਇਹਦੀ ਸੁਰੱਖਿਆ ਦੀ ਨਿਗਾਹ ਨੂੰ ਜਿੱਦਾਂ ਕਿਲ੍ਹਿਆਂ ਦੁਆਲੇ ਖਾਈ ਪੁੱਟੀ ਜਾਂਦੀ ਆ ਇਹਦੇ ਆਲੇ ਦੁਆਲੇ ਖੰਦਕ ਪੁੱਟੀ ਗਈ ਸੀ ਖੰਦਕ ਖਾਈ ਡੂੰਗੀ ਖਾਈ ਠੀਕ ਖੰਦਕ ਪੁੱਟੀ ਗਈ ਸੀ ਜਿਹੜੀ 60 ਫੁੱਟ ਚੌੜੀ ਸੀ ਠੀਕ 60 ਫੁੱਟ ਚੌੜੀ ਸੀ 60 ਫੁੱਟ ਚੌੜੀ ਦਾ ਮਤਲਬ ਆ ਕੋਈ ਵੱਡੇ ਤੋਂ ਵੱਡਾ ਘੋੜ ਸਵਾਰ ਜੀ ਇਹਨੂੰ ਛਾਲ ਮਾਰ ਕੇ ਟੱਪ ਨਾ ਸਕੇ ਹਾਂਜੀ ਹਾਂਜੀ ਐਡੀ ਚੌੜੀ ਸੀਗੀ ਕਿ ਕੋਈ ਵੱਡੇ ਤੋਂ ਵੱਡਾ ਘੋੜ ਸਵਾਰ ਵੀ ਜਾਂ ਇਹਨੂੰ ਟੱਪ ਨਾ ਸਕੇ ਇਹਨਾਂ ਦੇ ਫੱਟੇ ਰੱਖ ਕੇ ਕੋਈ ਲੰਘ ਨਾ ਸਕੇ ਇਹ 60 ਫੁੱਟ ਚੌੜੀ ਸੀਗੀ ਤੇ 45 ਫੁੱਟ ਡੂੰਗੀ ਸੀਗੀ ਠੀਕ ਹੈ ਤੇ ਉਹਦੇ 'ਚ ਪਾਣੀ ਭਰਿਆ ਹੁੰਦਾ ਸੀਗਾ ਠੀਕ ਤਾਂ ਕਿ ਇਹ 'ਚੋਂ ਕੋਈ ਲੰਘ ਨਾ ਸਕੇ ਇਹ ਤੋਂ ਕੋਈ ਟੱਪ ਨਾ ਸਕੇ ਤੇ ਉੱਤੇ ਜੇ ਕੋਈ ਇਹਨੂੰ ਟੱਪਣ ਦੇ ਨੇੜੇ ਆ ਕੇ ਖੜਾ ਹੁੰਦਾ ਕੋਈ ਜੁਗਾੜ ਕਰਨ ਦੀ ਕੋਸ਼ਿਸ਼ ਕਰਦਾ ਤੇ 570 ਬੁਰਜਿਆ ਕੰਧ ਦੇ ਉੱਤੇ ਲੱਗੇ ਹੋਏ ਸਾਰੇ ਬੰਨੇ ਉੱਥੋਂ ਪੂਰੀ ਦੀ ਪੂਰੀ ਜਿਹੜੀ ਖਾਈ ਆ 570 ਬੁਰਜਾਂ ਤੋਂ ਪੂਰੀ ਦੀ ਪੂਰੀ ਖੰਦਕ ਜਿਹੜੀ ਚਾਰੇ ਬੰਨੇ ਆ ਉਹਨਾਂ ਦੇ ਨਿਸ਼ਾਨੇ ਦੇ ਵਿੱਚ ਆ ਇੱਕ ਇੰਚ ਵੀ ਥਾਂ ਇਹੋ ਜਿਹੀ ਨਹੀਂ ਸੀ ਜਿੱਥੇ ਨਿਸ਼ਾਨਾ ਨਾ ਲੱਗ ਸਕਦਾ 570 ਬੁਰਜ ਇਸ ਆਪਣਾ ਬਣਾਇਆ ਗਿਆ ਬੜੀ ਵਿਉਂਤਬੰਦੀ ਨਾਲ ਬੜੀ ਵਿਉਂਤਬੰਦੀ ਨਾਲ ਔਰ 64 ਗੇਟ ਸੀ ਅੰਦਰ ਦਾਖਲ ਹੋਣ ਲਈ ਜਿਹੜੇ ਰਾਤ ਨੂੰ ਬੰਦ ਕਰ ਦਿੱਤੇ ਜਾਂਦੇ ਸੀਗੇ ਉਹਨਾਂ ਦੇ ਵਿੱਚੋਂ ਕਦੀ ਕੋਈ ਗੇਟ ਖੋਲਿਆ ਜਾਂਦਾ ਸੀਗਾ ਅਹਿਲਕਾਰਾਂ ਨੂੰ ਲੰਘਾਉਣ ਲਈ ਤੇ ਕਦੀ ਕੋਈ ਜਿਹਨਾਂ ਦੇ ਬਾਰੇ ਅਹਿਲਕਾਰਾਂ ਨੂੰ ਹੀ ਜ਼ਿਆਦਾ ਪਤਾ ਹੁੰਦਾ ਸੀ ਰਾਤ ਦੇ ਸਮੇਂ ਦੇ ਵਿੱਚ ਤੇ ਹੋਰਾਂ ਨੂੰ ਜਿੱਦਾਂ ਅੱਜ ਕੱਲ੍ਹ ਇਹ ਪਾਸਪੋਰਟ ਦੇ ਦਿੱਤੇ ਜਾਂਦੇ ਆ ਵੱਡੀਆਂ ਕੈਸ਼ ਐਂਡ ਕੈਰੀਆਂ ਲਓ ਬਿਲਕੁਲ ਉਦਾਂ ਦੇ ਇੱਕ ਗੇਟ ਜਿਹੜਾ ਸੀ ਪਹਿਰੇ ਹੁੰਦੇ ਹੁੰਦੇ ਜਿੱਦੋਂ ਰਾਤ ਦੇ ਸਮੇਂ ਉਹ ਖੋਲਣਾ ਤੇ ਅਹਿਲਕਾਰਾਂ ਕੋਲ ਜਿਹਦੇ ਕੋਲ ਪਾਸਵਰਡ ਹੁੰਦਾ ਸੀਗਾ ਆਮ ਕਿਸੇ ਨੂੰ ਪਤਾ ਨਹੀਂ ਸੀ ਮਤਲਬ ਕਿਹੜਾ ਗੇਟ ਖੋਲਣਾ ਹੈ ਹਾਂਜੀ ਸਕਦਾ ਹੁੰਦਾ ਆਮ ਪਤਾ ਨਹੀਂ 64 ਗੇਟਾਂ ਜੋ ਰਾਤ ਨੂੰ ਕਿਹੜਾ ਗੇਟ ਖੋਲਣਾ ਆ ਕਿਹੜੇ ਦਿਨ ਕਿਹੜਾ ਗੇਟ ਖੋਲਣਾ ਕੋਈ ਪਤਾ ਨਹੀਂ ਸੀ ਹਾਂਜੀ 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 ਪਹਿਰਾਂ ਦੇ ਵਿੱਚ ਦੀ ਸੋ ਇਹ ਅਜਿੱਤ ਸਮਝਿਆ ਜਾਂਦਾ ਹੁੰਦਾ ਸੀ ਪਾਟਲੀ ਪੁੱਤਰ ਇਸ ਪੱਧਰ ਦਾ ਸ਼ਹਿਰ ਸੀ ਤੇ ਹਿੰਦੁਸਤਾਨ ਦੀ ਸ਼ਾਨ ਸਮਝਿਆ ਜਾਂਦਾ ਸੀ ਉਹਨਾਂ ਦਿਨਾਂ ਦੇ ਵਿੱਚ ਇਹੋ ਜਿਹਾ ਵਿਸ਼ਾਲ ਪੱਧਰ ਦਾ ਸ਼ਹਿਰ ਪੂਰੇ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ ਸੀ ਠੀਕ ਹੈ ਸਭ ਤੋਂ ਵੱਡੀ ਹਕੂਮਤ ਸੀ ਹਾਂਜੀ ਤੇ ਇੱਦਾਂ ਦਾ ਸ਼ਹਿਰ ਜਿੰਨਾ ਕੁ ਇਤਿਹਾਸ ਆਪਾਂ ਜਾਣਦੇ ਹਾਂ ਜਿੰਨਾ ਕੁ ਜਾਣਦੇ ਹਾਂ ਪਾਟਲੀ ਪੁੱਤਰ ਵਰਗਾ ਜਿਹੜਾ ਸ਼ਹਿਰ ਆ ਪੂਰੇ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ ਸੀ ਜੀ ਪਰ ਫਿਰ ਮਾੜੇ ਦਿਨ ਸ਼ੁਰੂ ਹੋਏ ਹਾਂਜੀ ਹਿੰਦੁਸਤਾਨ ਦੇ ਹਿੰਦੁਸਤਾਨ ਗੁਲਾਮ ਹੋਣਾ ਸ਼ੁਰੂ ਹੋ ਗਿਆ ਜੀ 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 ਪਠਾਨਾਂ ਦਾ ਗੁਲਾਮ ਹੋਇਆ ਹਾਂਜੀ ਜੁਨਾਨ ਚੜ੍ਹ ਕੇ ਆਏ ਬਾਕੀ ਸਾਰੇ ਚੜ੍ਹ ਕੇ ਆਏ ਪਠਾਨਾਂ ਦਾ ਗੁਲਾਮ ਹੋਇਆ ਤੇ ਜਦੋਂ ਪਟਨਾ ਵੀ ਗੁਲਾਮੀ ਦੇ ਵਿੱਚ ਆ ਗਿਆ ਤੇ ਇਹਦੀਆਂ ਕੰਧਾਂ ਢਾ ਦਿੱਤੀਆਂ ਗਈਆਂ ਇਹਦੇ ਬੁਰਜ ਢਾ ਦਿੱਤੇ ਗਏ ਇਹਦੀ ਸ਼ਾਨੋ ਸ਼ੌਕਤ ਖਰਾਬ ਕਰ ਦਿੱਤੀ ਗਈ ਕਿਉਂਕਿ ਰਾਜੇ ਦਾ ਸ਼ਹਿਰ ਸੀ ਲੁੱਟਿਆ ਗਿਆ ਵਾਰ ਵਾਰ ਇਹਨਾਂ ਕੋਲ ਜਦੋਂ ਵਾਰ ਵਾਰ ਲੁੱਟਿਆ ਗਿਆ ਜਿਹੜੇ ਸ਼ਹਿਰ ਨੂੰ ਵਾਰ ਵਾਰ ਲੁੱਟਿਆ ਜਾਵੇ ਉੱਥੇ ਗਰੀਬੀ ਆ ਗਈ ਬਿਲਕੁਲ ਜਿਹੜੇ ਅਹਿਲਕਾਰ ਸੀ ਵੱਡੇ ਵੱਡੇ ਸਰਮਾਏਦਾਰ ਸੀ ਛੱਡ ਕੇ ਬਾਹਰ ਵੱਲ ਨੂੰ ਭੱਜ ਗਿਆ ਤੇ ਇਹ ਪਟਨਾ ਗਰੀਬੀ ਵਾਲਾ ਸ਼ਹਿਰ ਬਣ ਗਿਆ ਠੀਕ ਹੈ ਹੌਲੀ ਹੌਲੀ ਪਰ ਗੁਰੂ ਨਾਨਕ ਸਾਹਿਬ
ਜਦੋਂ ਗੁਰੂ ਨਾਨਕ ਸਾਹਿਬ ਨੇ ਭਾਰਤੀ ਮਨੁੱਖ ਨੂੰ ਜਗਾਉਣ ਦੀ ਗੱਲ ਕਰਨੀ ਸੀਗੀ, ਹਾਂਜੀ, ਉਹਨੇ ਜਿਹੜੇ ਮਨੁੱਖ ਹੈਗੇ ਉਹਨਾਂ 'ਚ ਪੈਦਾ ਕਰਨਾ ਸੀਗਾ, ਤੇ ਜਿੱਥੇ ਜਿੱਥੇ ਕਿਤੇ ਲੋਕਾਂ ਨੇ ਹਕੂਮਤ ਹੰਡਾਈ ਹੋਈ ਸੀ, ਜਿੱਥੇ ਜਿੱਥੇ ਹਕੂਮਤ ਹੰਡਾਉਣ ਦੇ ਚਿੰਨ ਸੀ, ਜਿੱਥੇ ਜਿੱਥੇ ਸਾਡੀ ਸ਼ਾਨ ਦੇ ਚਿੰਨ ਸੀ, ਇੱਦਾਂ ਕਹੋ ਭਾਰਤੀ ਸਭਿਅਤਾ ਦੇ, ਉਹਨਾਂ ਚਿੰਨਾਂ 'ਤੇ ਜਾ ਕੇ ਗੱਲ ਕੀਤੀ ਜਾਣੀ ਸੀ। ਉਹਨਾਂ ਚਿੰਨਾਂ ਦੀ ਗੱਲ ਕਰਨ ਲਈ ਗੁਰੂ ਨਾਨਕ ਸਾਹਿਬ ਅਯੋਧਿਆ ਵੀ ਗਿਆ, ਹਾਂਜੀ ਹਾਂਜੀ, ਉਹਨਾਂ ਚਿੰਨਾਂ ਦੀ ਗੱਲ ਕਰਨ ਲਈ ਗੁਰੂ ਨਾਨਕ ਸਾਹਿਬ ਗਿਆ ਵੀ ਗਿਆ, ਉਹਨਾਂ ਚਿੰਨਾਂ ਦੀ ਗੱਲ ਕਰਨ ਲਈ ਗੁਰੂ ਨਾਨਕ ਸਾਹਿਬ ਕਾਸ਼ੀ ਵੀ ਗਿਆ, ਉਹਨਾਂ ਚਿੰਨਾਂ ਦੀ ਗੱਲ ਕਰਨ ਲਈ ਗੁਰੂ ਨਾਨਕ ਸਾਹਿਬ ਹਰਿਦੁਆਰ ਵੀ ਗਿਆ, ਜਗਨਨਾਥਪੁਰੀ ਵੀ ਗਿਆ, ਔਰ ਉਹਨਾਂ ਚਿੰਨਾਂ ਦੀ ਗੱਲ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਪਟਨਾ ਸਾਹਿਬ ਵੀ ਗਿਆ। ਜੀ ਜੀ ਬਿਲਕੁਲ, ਉਹਨਾਂ ਨੂੰ ਹੌਸਲਾ ਦੇਣ ਲਈ, ਹੌਸਲਾ ਦੇਣ ਲਈ, ਚੁੱਕਣ ਦੇ ਲਈ, ਉਹਨਾਂ ਨੂੰ ਤਿਆਰ ਕਰਨ ਦੇ ਲਈ, ਹਾਂਜੀ, ਦੱਸਣ ਲਈ ਕਿ ਤੁਹਾਡਾ ਪਿਛੋਕੜ ਕੀ ਸੀ ਜੀ, ਤੇ ਤੁਸੀਂ ਬਣ ਕੀ ਗਏ ਜੀ, ਉਹਨਾਂ ਨੂੰ ਹਲਾਉਣ ਲਈ ਵੀ ਕਹਿ ਸਕਦੇ ਹਾਂ ਗੋਰਾ ਜੀ, ਬਿਲਕੁਲ ਜੀ, ਭਗਤ ਰਸਦਾਸ ਜੀ ਦਾ ਸ਼ਬਦ ਹੈ ਕਿ ਨਰਪਤ ਇੱਕ ਸਿੰਘਾਸਨ ਸੋਇਆ ਜੀ, ਸੁਪਨੇ ਪਿਆ ਭਖਾਰੀ ਜੀ ਜੀ, ਕਿ ਤੁਸੀਂ ਤਾਂ ਰਾਜੇ ਆ, ਤੁਸੀਂ ਤਾਂ ਮਹਾਰਾਜੇ ਆ, ਹਾਂਜੀ, ਆ ਜਿਹੜਾ ਤੁਸੀਂ ਭਖਾਰੀਆਂ ਵਰਗੇ ਸੁਪਨੇ ਹੰਡਾ ਰਹੇ ਆ ਜੀ, ਇਹ ਤੁਹਾਡਾ ਮੁਕੰਦਰ ਨਹੀਂ ਹੈਗਾ, ਹਾਂਜੀ, ਤੁਸੀਂ ਤਾਂ ਬਾਦਸ਼ਾਹਾਂ ਦੀ ਸੰਤਾਨ ਆ ਜੀ, ਜੱਗ ਤੁਸੀਂ ਤਾਂ ਚੰਦਰ ਗੁਪਤ ਮੌਰੀਆ ਦੇ ਵਾਰਸ ਆ, ਜਗਾਉਣਾ, ਤੁਸੀਂ ਤਾਂ ਅਸ਼ੋਕ ਦੇ ਵਾਰਸ ਆ, ਤੁਸੀਂ ਬਿੰਦੂ ਸਾਰ ਦੇ ਵਾਰਸ ਆ, ਤੁਸੀਂ ਕਿਤੇ ਜਾ ਕੇ ਸਤਿਗੁਰ ਨੇ ਕਿਹਾ ਵੀ ਕਿਤੇ ਕੁਰਸ਼ੇਤਰ 'ਚ ਬੈਠੇ, ਤੁਸੀਂ ਭੀਮ ਦੇ ਵਾਰਸ ਆ, ਤੁਸੀਂ ਅਰਜਨ ਦੇ ਵਾਰਸ ਆ ਜੀ, ਕਿਤੇ ਦੁਆਰਕਾ ਗਏ ਗੁਰੂ ਨਾਨਕ ਸਾਹਿਬ, ਉੱਥੇ ਕਿਹਾ ਤੁਸੀਂ ਕ੍ਰਿਸ਼ਨ ਦੇ ਵਾਰਸ ਆ, ਹਾਂਜੀ, ਪਰ ਸਮਝੋ ਤਾਂ ਅਸੀਂ ਉਸ ਗੱਲ ਨੂੰ ਦਸਮਰਨ ਦੇ ਵਿੱਚ ਵੀ ਗੱਲ ਗੁਰੂ ਗੋਬਿੰਦ ਸਿੰਘ ਜੀ ਵਾਰ ਵਾਰ ਕਿ ਤੁਸੀਂ ਉਹਨਾਂ ਲੋਕਾਂ ਦੇ ਵਾਰਸ ਆ, ਹਾਂਜੀ, ਜਿਨ੍ਹਾਂ ਨੇ ਜ਼ੁਲਮ ਦੇਖ ਕੇ ਇੱਕ ਇੱਕ ਅਬਲਾ ਦੇ ਲਈ ਪੂਰੀ ਸੋਨੇ ਸਾਨੇ ਦੀ ਲੰਕਾ ਸਾੜ ਦਿੱਤੀ ਜੀ, ਹਾਂਜੀ, ਔਰ ਜੇ ਕਿਤੇ ਦ੍ਰੋਪਦੀ ਦਾ ਚੀਰ ਹਰਨ ਹੋਇਆ ਸੀ ਨਾ ਜੀ, ਤੇ 18 ਖੂਣੀਆਂ ਫੌਜਾਂ ਗਰਕ ਕਰ ਦਿੱਤੀਆਂ ਸੀ, ਹਾਂਜੀ, ਇਸ ਉਹਨਾਂ ਲੋਕਾਂ ਦੇ ਵਾਰਸ ਆ ਜੀ, ਜੀ ਜੀ, ਤੇ ਤੁਸੀਂ ਹੁਣ ਸਿਰ ਛੁੱਟ ਕੇ ਪਏ ਹੋਏ ਤੇ ਜੇ ਜੀਵੇ ਪਤ ਲੱਥੀ ਜਾਏ ਸਭ ਆਰਾਮ ਜੇਤਾ ਕੁਛ ਖਾਏ, ਇਹ ਮਹੱਤਤਾ ਸੀ, ਇਹ ਮਹੱਤਤਾ ਦੱਸਣ ਲਈ ਗੁਰੂ ਨਾਨਕ ਸਾਹਿਬ ਉੱਥੇ ਗਿਆ ਸੀ। ਸੋ ਗੁਰੂ ਨਾਨਕ ਸਾਹਿਬ ਗਏ, ਗਊਘਾਟ ਵਾਲਾ ਜਿਹੜਾ ਸਥਾਨ ਆ ਗੁਰੂ ਨਾਨਕ ਸਾਹਿਬ ਜਨਮ ਸਾਖੀ ਦੇ ਮੁਤਾਬਕ ਉੱਥੇ ਜਾ ਕੇ ਬੈਠੇ ਸੀਗੇ, ਫਿਰ ਉੱਥੋਂ ਗਾ ਜੌਹਰੀ ਸਾਲਸ ਰਾਏ ਉਹਨਾਂ ਨੂੰ ਆਪਣੇ ਆਪਣੀ ਹਵੇਲੀ 'ਚ ਜਾ ਕੇ ਟਿਕਾਣਾ ਕਰ ਦਿੱਤਾ ਸੀ, ਉਹਦਾ ਨੌਕਰ ਸੀ ਅਧਰਾਜ, ਉਹਦੇ ਘਰ ਜਾ ਕੇ ਥੋੜ੍ਹਾ ਚਿਰ ਰਹਿ ਸਕੇ, ਉੱਥੇ ਧਰਮਸ਼ਾਲਾ ਕਾਇਮ ਹੋਈ ਸੀ, ਇਹ ਸਾਰਾ ਜਿਹੜਾ ਸੀ ਪਟਨੇ 'ਚ ਗੁਰੂ ਨਾਨਕ ਸਾਹਿਬ ਦੀ ਫੇਰੀ ਸੀ। ਮੈਂ ਬਹੁਤ ਆਪਾਂ ਗੱਲ ਪਹਿਲਾਂ ਕਰ ਚੁੱਕੇ ਹਾਂ, ਇਸ ਕਰਕੇ ਮੈਂ ਬਹੁਤ ਬਰੀਫ 'ਚ ਗੱਲ ਕਰਨੀ ਆ, ਔਰ ਉਹਨਾਂ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਗਿਆ, ਉਹਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ, ਫਿਰ ਸਾਲਸਰਾਏ ਜੋਹਰੀ ਦੇ ਵਾਰਸਾਂ ਦੇ ਕੋਲ ਗਿਆ, ਦਰਾਜ ਦੇ ਵਾਰਸਾਂ ਦੇ ਕੋਲ ਗਿਆ, ਜੇਤੇ ਹਲਵਾਈ ਦੇ ਵਾਰਸਾਂ ਦੇ ਕੋਲ ਗਿਆ, ਜਿੱਥੇ ਜਾ ਕੇ ਪਹਿਲਾਂ ਉਤਾਰਾ ਕੀਤਾ, ਉਹ ਗੁਰੂ ਕਾ ਬਾਗ ਸੀ, ਉੱਥੋਂ ਰਹੀਮ ਬਖਸ਼ ਉਹਨੇ ਉਹਨਾਂ ਨੂੰ ਲੈ ਕੇ ਵੀ ਗਏ, ਸ਼ਰਧਾਲੂ ਬਣੇ ਸਤਿਗੁਰ ਦੇ, ਇਹ ਆਪਾਂ ਜ਼ਿਕਰ ਪਹਿਲਾਂ ਪਿੱਛੇ ਕਰ ਚੁੱਕੇ ਹਾਂ। ਔਰ ਗੁਰੂ ਤੇਗ ਬਹਾਦਰ ਜੀ ਜਾ ਕੇ ਉੱਥੋਂ ਜਦੋਂ ਆਸਾਮ ਵੱਲ ਨੂੰ ਜਾ ਰਿਹਾ ਹੈ, ਬੰਗਾਲ ਵੱਲ ਨੂੰ ਜਾਂਦੇ ਹੋਏ ਵੀ ਗਏ, ਵਾਪਸ ਮੁੜਦੇ ਹੋਏ, ਪਰਿਵਾਰ ਛੱਡ ਕੇ ਵਾਪਸ ਮੁੜਦੇ ਹੋਏ ਫਿਰ ਵੀ ਆਏ, ਸੋ ਦੋ ਫੇਰੇ ਆ। ਔਰ ਗੋਬਿੰਦ ਰਾਜ ਜੀ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਵੀ ਜਿਹੜਾ ਆ ਉਹ ਪਟਨੇ ਦਾ ਆ। ਤੁਹਾਡਾ ਅਗਲਾ ਸਵਾਲ ਆ ਕਿ ਗੁਰੂ ਨਾਨਕ ਸਾਹਿਬ ਵੀ ਗਏ, ਗੁਰੂ ਤੇਗ ਬਹਾਦਰ ਵੀ ਗਏ, ਗੁਰੂ ਗੋਬਿੰਦ ਸਿੰਘ ਦਾ ਜਨਮ ਪ੍ਰਕਾਸ਼ ਵੀ ਉੱਥੋਂ ਦਾ ਆਇਆ, ਤੇ ਕੀ ਪਟਨਾ 'ਚ ਗੁਰੂ ਸਾਹਿਬ ਦੀ ਯਾਦਗਾਰ ਦੇ ਵਿੱਚ ਫਿਰ ਜੇ ਤਿੰਨ ਗੁਰੂ ਸਾਹਿਬਾਨ ਗਏ ਆ ਤੇ ਕਿਹੜੇ ਕਿਹੜੇ ਗੁਰਦੁਆਰੇ? ਤਿੰਨ ਗੁਰੂ ਸਾਹਿਬ ਹੀ ਗਏ ਆ, ਇੱਕ ਤਾਂ ਜਿਹਦੀ ਗੱਲ ਤੁਸੀਂ ਕਹੀ ਬਿਲਕੁਲ ਦਰੁਸਤ, ਗੁਰੂ ਨਾਨਕ ਸਾਹਿਬ ਗਏ, ਗੁਰੂ ਤੇਗ ਬਹਾਦਰ ਗਏ, ਤੇ ਗੁਰੂ ਗੋਬਿੰਦ ਸਿੰਘ ਦਾ ਜਨਮ ਉੱਥੇ ਦਾ ਆ। ਗੁਰੂ ਨਾਨਕ ਸਾਹਿਬ ਤੇ ਗੁਰੂ ਤੇਗ ਬਹਾਦਰ ਗੁਰੂ ਜੋਤ 'ਚ ਹੁੰਦਿਆਂ ਗਏ ਆ, ਹਾਂਜੀ, ਤੇ ਜਿਹੜੇ ਬਾਲ ਗੋਬਿੰਦ ਰਾਏ ਉਹਨਾਂ ਕੋਲ ਗੁਰਗੱਦੀ ਨਹੀਂ ਹੈਗੀ, ਹਾਂਜੀ, ਉਹ ਅਜੇ ਉਹਨਾਂ ਦਾ ਜਨਮ ਹੀ ਉੱਥੇ ਦਾ ਹੋਇਆ, ਹਾਂਜੀ, ਬਚਪਨ ਹੀ। ਔਰ ਉੱਥੇ ਜਿੱਥੇ ਉਹਨਾਂ ਦਾ ਜਨਮ ਹੋਇਆ ਆ ਉੱਥੇ ਉਹਦੇ ਬਾਰੇ ਗੁਰੂ ਸਾਹਿਬ ਨੇ ਜ਼ਿਕਰ ਵੀ ਕੀਤਾ ਆ ਕਿ ਤਹੀਂ ਪ੍ਰਕਾਸ਼ ਹਮਾਰਾ ਬਹਿਓ ਪਟਨਾ ਸ਼ਹਿਰ ਵਿਖੇ ਭਵ ਲਿਓ, ਤੇ ਜਿੱਥੇ ਉਹਨਾਂ ਦਾ ਜਨਮ ਹੋਇਆ ਆ, ਹਾਂਜੀ, ਉੱਥੇ ਉਹਨਾਂ ਦੇ ਯਾਦ ਦੇ ਵਿੱਚ ਜਿਹੜਾ ਗੁਰਦੁਆਰਾ ਆ, ਗੁਰਦੁਆਰਾ ਹੈਗਾ ਤਖਤ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ, ਜਿਹਨੂੰ ਆਪਾਂ ਸਿੱਖਾਂ ਦੇ ਤਖਤ ਦੇ ਤੌਰ 'ਤੇ ਵੀ ਮੰਨਦੇ ਹਾਂ ਜੀ, ਹਾਂਜੀ, ਹਾਂਜੀ, ਸਾਡਾ ਉਹ ਇਹ ਤਖਤ ਹੈ, ਹਾਂਜੀ, ਪਟਨਾ ਤਖਤ, ਪਟਨਾ ਸਾਹਿਬ ਨੂੰ ਅਸੀਂ ਤੀਜਾ ਤਖਤ ਮੰਨਦੇ ਹਾਂ ਆਪਣਾ, ਪਹਿਲਾ ਤਖਤ ਅਕਾਲ ਤਖਤ ਸਾਹਿਬ, ਹਾਂਜੀ, ਦੂਜਾ ਤਖਤ ਅਸੀਂ ਤਖਤ ਕੇਸਗੜ੍ਹ ਨੂੰ ਮੰਨਦੇ ਹਾਂ। ਵੈਸੇ ਜੇ ਕਿਤੇ ਦੇਖਿਆ ਜਾਵੇ ਇਤਿਹਾਸ ਦੇ ਹਿਸਾਬ ਨਾਲ, ਫਿਰ ਦੂਜਾ ਤਖਤ ਤਖਤ ਹਰਿਮੰਦਰ ਸਾਹਿਬ ਨੂੰ, ਪਟਨਾ ਸਾਹਿਬ ਨੂੰ ਮੰਨਣਾ ਚਾਹੀਦਾ, ਕਿਉਂਕਿ ਜਨਮ ਪਹਿਲਾਂ ਹੋਇਆ, ਹਾਂਜੀ, ਅਨੰਦਪੁਰ ਸਤਿਗੁਰ ਜੀ ਬਾਅਦ ਵਿੱਚ ਆਇਆ, ਕੇਸਗੜ੍ਹ ਬਾਅਦ 'ਚ ਅਮਰ ਸੰਚਾਰ ਹੋਇਆ ਆ। ਸੋ ਉਹ ਤਖਤ ਵਾਲਾ ਗੁਰਦੁਆਰਾ ਇੱਕ ਗੁਰਦੁਆਰਾ, ਤੁਸੀਂ ਸਾਰੇ ਗੁਰਦੁਆਰੇ ਗੱਲ ਕੀਤੀ ਤੇ ਮੇਰੇ ਖਿਆਲ ਉੱਧਰ ਹੋ ਗਿਆ ਸਮਾਂ, ਹਾਂਜੀ, ਤੇ ਆਪਾਂ ਅਗਲੇ ਗੁਰਦੁਆਰੇ ਦੀ ਫਿਰ ਅਗਲੇ ਐਪੀਸੋਡ ਦੇ ਵਿੱਚ ਆਪਾਂ ਨੂੰ ਗੱਲ ਕਰਨੀ ਪਊਗੀ। ਪਰ ਇੱਥੇ ਮੈਂ ਟਿੱਕ ਕੇ ਜੇ ਮੈਨੂੰ ਸਮਾਂ ਲੱਗੇ ਤਾਂ ਥੋੜ੍ਹਾ ਜਿਹਾ ਦਿਓ ਤੇ ਗੱਲ ਕਰਦੇ ਹਾਂ ਕਿ ਵਿਸਥਾਰ ਵਿਵਾਦ ਕਰ ਲਾਂਗੇ, ਮੈਂ ਇੱਕ ਇਸ਼ਾਰਾ ਕਰਦੇ ਹਾਂ ਕਿ ਜਿਹੜਾ ਤਖਤ ਹਰਿਮੰਦਰ ਸਾਹਿਬ ਵਾਲਾ ਗੁਰਦੁਆਰਾ ਆ, ਹਾਂਜੀ, ਉਹ ਗੋਬਿੰਦ ਰਾਏ ਦੇ ਜਨਮ ਦਾ ਗੁਰਦੁਆਰਾ ਆ ਜੀ, 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 ਉਦੋਂ ਤੱਕ ਉਹਨਾਂ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਨਹੀਂ ਮਿਲੀ ਹੈਗੀ, ਪਰ ਉਹ ਫਿਰ ਵੀ ਸਾਡਾ ਤਖਤ ਹੈ, ਤਖਤ ਆ, ਹਾਂਜੀ, ਬਿਲਕੁਲ। ਇਸ ਗੱਲ ਨੂੰ ਆਪਾਂ ਜਿੱਥੇ ਕਿ ਮੈਂ ਗੱਲ ਛੱਡੀ ਆ, ਇਸ ਗੱਲ ਨੂੰ ਆਪਾਂ ਫਿਰ ਅਗਲੇ ਐਪੀਸੋਡ ਦੇ ਵਿੱਚ
ਵਿਸਥਾਰਾਂਗੇ, ਪਟਨਾ ਦੇ ਬਾਕੀ ਪਟਨਾ ਸਾਹਿਬ ਦੇ ਬਾਕੀ ਗੁਰਦੁਆਰਿਆਂ ਦੀ ਇਹ ਗੱਲ ਕਰਾਂਗੇ, ਇਸ਼ਾਰੇ ਮਾਤਰ ਕਰਾਂਗੇ। ਮੇਰੇ ਖਿਆਲ ਆਪਾਂ ਇੱਕ ਐਪੀਸੋਡ 'ਚ ਗੱਲ ਨਿਬੇੜਨੀ ਚਾਹੁੰਦੇ ਹਾਂ, ਫੇਕਦੇ ਹਾਂ। ਹਾਂਜੀ ਵੀਰ ਜੀ, ਵੀਰ ਜੀ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜੀਆਂ ਕੌਮਾਂ ਆਪਣੇ ਆਪ ਨੂੰ ਕਹਿੰਦੇ ਕਮਜ਼ੋਰ ਸਮਝਣ ਲੱਗ ਪੈਂਦੀਆਂ ਜਾਂ ਹੋਣ ਲੱਗ ਪੈਂਦੀਆਂ, ਉਹਨਾਂ ਦਾ ਨੁਕਸਾਨ ਹੀ ਹੁੰਦਾ। ਪਰ ਅਸੀਂ ਚੜ੍ਹਦੀ ਕਲਾ ਵਿੱਚ ਰਹਿਣਾ, ਸਾਨੂੰ ਖਾਲਸਾ ਹੀ ਰਾਜ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕਿਸ ਤਰ੍ਹਾਂ ਤਿਆਰ ਹੋਇਆ ਵੀਰ ਜੀ ਇਸ ਪ੍ਰੋਗਰਾਮ ਦੇ ਜ਼ਰੀਏ ਆਪ ਜੀ ਨਾਲ ਸਾਂਝ। ਪਰ ਇਹ ਪ੍ਰੋਗਰਾਮ ਕਰਦਿਆਂ ਕੋਈ ਗਲਤੀ ਹੋ ਗਈ, ਦੋਵਿਆਂ 'ਤੇ ਜੋੜ ਕੇ ਮਾਫ਼ੀ ਮੰਗਦੇ। ਅਗਲੇ ਐਪੀਸੋਡ ਵਿੱਚ ਫਿਰ ਮੁਲਾਕਾਤ ਹੋਵੇਗੀ, ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸੇਵਾ ਪਰ ਮੋਹੇ ਹੈ, ਸ਼ੁਭ ਕਰਮਨ ਤੇ ਕਭੋ ਨਾ ਡਰੂ, ਨਾ ਡਰੂ ਔਰ ਸੋਚ ਅਬ ਜਾਏ ਲੜੂ, ਨਿਸ਼ਚੇ ਕਰ ਆਪਣੀ ਜੀਤ ਕਰੂੰ।